ਪੂਰਨਪੁਰ ਦਾਤਾ ਲਾਲ ਰੰਗ ਪੂਰਨਪੁਰ ਦਾਤਾ ਲਾਲ ਰੰਗ ਪੂਰਨਪੁਰ ਦਾਤਾ ਲਾਲ ਰੰਗ ਪੂਰਨਪੁਰ ਦਾਤਾ ਲਾਲ ਰੰਗ ਪੂਰਨਪੁਰ ਦਾਤਾ ਰਾਮ ਰੰਗ ਕਦੇ ਉਤਰ ਨਾ ਜਾਏ ਸੁਖ ਨਹੀਂ ਪਾਇਆ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ ਹਰ ਸਿਮਰਨ ਸੁਖ ਨਹੀਂ ਪਾਇਆ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ
ਸਿਮਰਨ ਸੁਖ ਨਹੀਂ ਪਾਇਆ। ਸਿਮਰੋ ਸਿਮਰ ਸਿਮਰ ਸੁਖ ਪਾਓ, ਸਿਮਰੋ ਸਿਮਰ ਸਿਮਰ ਸੁਖ ਪਾਓ, ਸਿਮਰੋ ਸਿਮਰ ਸਿਮਰ ਸੁਖ ਪਾਓ, ਸਿਮਰੋ ਸਿਮਰ ਸਿਮਰ ਸੁਖ ਪਾਓ। ਵਾਹਿਗੁਰੂ 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 ਸੁਖ ਨਹੀਂ ਪਾਇਆ, ਬਿਨ ਹਰ ਸਿਮਰਨ 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 ਸੁਖ ਨਹੀਂ ਪਾਇਆ। ਸਿਮਰਨ ਸੁਨ ਮਨ ਕਾਨੀ, ਹਰ ਕਾ 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 ਸਿਮਰਨ ਸੁਨ ਮਨ ਕਾਨੀ। ਸੁਖ ਪਾਵੇ ਹਰ ਦੁਆਰ ਪਰਾਨੀ, 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 ਸੁਖ ਪਾਵੇ ਹਰ ਦੁਆਰ ਪਰਾਨੀ। ਹਟ ਹਰ ਤੇ ਆਈਏ ਗੋਪਾਲ, ਹਟ ਪੈਰ ਤੇ ਆਈਏ ਗੋਪਾਲ, ਪਦਵੀ ਹਰ ਕੇ ਦਾਸ, ਜੀਵਨ ਪਦਵੀ ਹਰ ਕੇ ਦਾਸ, ਜੀਵਨ ਪਦਵੀ ਹਰ ਕੇ ਦਾਸ, ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ ਪਰਗਾਸ, ਜਿਨ ਮਿਲਿਆ ਆਤਮ ਪਰਗਾਸ, ਮਿਲਿਆ ਆਤਮ ਪਰਗਾਸ, ਮਿਲਿਆ ਤਮ ਪਰਦਾਸ, ਸੁਖ ਪਾਵੇ ਹਰ ਦੁਆਰ ਪਰਾਨੀ, ਸੁਖ ਪਾਵੇ ਹਰ ਦੁਆਰ ਪਰਾਨੀ, ਸੁਖ ਪਾਵੇ ਹਰ ਦੁਆਰ ਪਰਾਨੀ, ਹਰ ਦੁਆਰ ਪਰਾਨੀ, ਹਰ ਕਾ ਸਿਮਰਨ ਸੁਨ ਮਨ ਕਾਨੀ,
का सिमरन सुन मन कानी, हर का सिमरन सुन मन कानी, हर का सिमरन सुन मन कानी। बिन हर सिमरन सुख नहीं पाया, हर सिमरन सुख नहीं पाया, बिन हर सिमरन सुख नहीं पाया, हर सिमरन सुख नहीं पाया। आन रंग पी के सब माया, आन रंग पी के सब माया, आन रंग पी के सब माया, आन रंग पी के सब माया। और रंगे से पैन हाल, और रंगे से पैन हाल, और रंगे से पैन हाल, और रंगे से पैन हाल। कौन ननकपुर पे है दयाल, कौन ननकपुर पे है दयाल, कौन ननकपुर पे है दयाल, ਪਾਲਕ
ਮੋਏ ਜੀਵਨ ਪਦਵੀ ਪਾਈ, ਅਬ ਮੋਏ ਜੀਵਨ ਪਦਵੀ ਪਾਈ, ਅਬ ਮੋਏ ਜੀਵਨ ਪਦਵੀ ਪਾਈ, ਅਬ ਮੋਏ ਜੀਵਨ ਪਦਵੀ ਪਾਈ। ਸਾਈ ਹੋਏ ਸਹਾਏ ਸਭ
Vai pro
ਵਾਹਿਗੁਰੂ 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 ਮਨ ਪਿਆਰੇ ਜੀਓ ਮਿੱਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰੇ ਜੀਓ ਮਿੱਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰੇ ਜੀਓ ਮਿੱਤਰਾ ਗੋਬਿੰਦ ਨਾਮ ਸਮਾਲੇ ਨਾਮ ਸੰਭਾਲੇ ਗੋਬਿੰਦ 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 ਨਾਮ ਸੰਭਾਲੇ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 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 ਧੰਨ ਗੁਰੂ ਮੇਰੇ ਕਲਗੀਆਂ ਵਾਲੇ ਧੰਨ ਗੁਰੂ ਮੇਰੇ ਬਾਜਾਂ ਵਾਲੇ ਧੰਨ ਗੁਰੂ ਮੇਰੇ ਕਲਗੀਆਂ ਵਾਲੇ ਧੰਨ ਗੁਰੂ ਮੇਰੇ ਬਾਜਾਂ ਵਾਲੇ ਧੰਨ ਗੁਰੂ ਮੇਰੇ ਹੇਮਕੁੰਟ ਵਾਸੀ ਧੰਨ ਗੁਰੂ ਜੋ ਕੱਟੇ ਚਰਾਸੀ ਧੰਨ ਗੁਰੂ ਮੇਰੇ ਹੇਮਕੁੰਟ ਵਾਸੀ ਧੰਨ ਗੁਰੂ ਮੇਰੇ ਕੱਟੇ ਚਰਾਸੀ ਧੰਨ ਗੁਰੂ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਅੰਮ੍ਰਿਤ ਕੇ ਦਾਤੇ ਗੁਰੂ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਮੇਰੇ ਹੇਮਕੁੰਟ ਵਾਸੀ 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 ਧੰਨ ਗੁਰੂ ਮੇਰੇ ਪਟਨੇ ਵਾਲੇ ਧੰਨ ਗੁਰੂ ਮੇਰੇ ਪਟਨੇ ਵਾਲੇ ਗੁਰੂ ਮੇਰੇ ਪਟਨੇ ਵਾਲੇ ਧੰਨ ਗੁਰੂ ਮੇਰੇ ਪਟਨੇ ਵਾਲੇ ਧੰਨ ਗੁਰੂ ਸਰਬੰਸ ਕਦਾਨੀ ਧੰਨ ਗੁਰੂ ਸਰਬੰਸ ਕਦਾਨੀ ਗੁਰੂ ਸਰਬੰਸ ਕਦਾਨੀ ਧੰਨ ਗੁਰੂ ਸਰਬੰਸ ਮਨ ਪਿਆਰੇ ਆਜੀਓ ਮਿੱਤਰਾ ਗੋਬਿੰਦ ਨਾਮ ਸਮਾਲੇ ਪਿਆਰੇ ਆਜੀਓ ਮਿੱਤਰਾ ਵਾਹਿਗੁਰੂ ਗੋਬਿੰਦ ਨਾਮ ਸਮਾਲੇ ਮਨ ਪਿਆਰੇ ਆਜੀ ਮਿੱਤਰਾ ਹਰੇ ਨਿਭੇ ਤੇਰੇ ਨਾਲੇ ਸਾਂਗ ਸਹਾਈ ਹਰ ਨਾਮ ਤੇ ਆਈ ਸਾਂਗ
ਨਾਨਕ ਸਿੱਖ ਦੇ ਮਾਨ ਪ੍ਰੀਤਮ, ਨਾਨਕ ਸਿੱਖ ਦੇ ਮਾਨ ਪ੍ਰੀਤਮ, ਨਾਨਕ ਸਿੱਖ ਦੇ ਮਾਨ ਪ੍ਰੀਤਮ, ਸਾਧ ਸੰਗ ਬ੍ਰਹਮ ਜਾਲੇ, ਸਾਧ ਸੰਗ ਬ੍ਰਹਮ ਜਾਲੇ, ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ 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 ਗੁਰੂ ਗੋਬਿੰਦ ਸਿੰਘ ਸਾਹਿਬ, ਮਨ ਪਿਆਰੇ ਅਜੀਓ ਮਿੱਤਰਾ, ਗੋਬਿੰਦ ਨਾਮ ਸੰਭਾਲੇ, ਸਾਈ ਪਾਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਵਸਤ ਮੰਗੀਐ ਸਾਈ ਪਾਈਐ, ਮੰਗੀਏ ਸਾਈ ਪਾਈਏ,
ਮੰਗੀਏ ਸਾਈ ਪਾਈਏ ਜੇ ਵਸਤ ਮੰਗੀਏ ਆਪੇ
ਸਾਡੇ ਗੁਰੂ ਪਾਸ ਸਰਬ ਸੁਖ ਪਾਈਏ ਤਾਂ ਸਰਬ ਸੁਖ ਪਾਈਏ 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 ਗੁਰ ਪੂਰਾ ਹਰ ਉਪਦੇਸ਼ ਦੇ ਪਾਵ ਤੋ ਮੇਰੇ ਹਿਰਦੇ ਕਰਕੇ
ਕਿਰਪਾ ਵਸੋ ਮੇਰੇ ਹਿਰਦੇ, ਕਰ 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 ਕਿਰਪਾ ਵਸੋ ਮੇਰੇ ਹਿਰਦੇ, ਹੋਏ ਸਹਾਈ ਆਪ, 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 ਹੁਕਮ ਕਰੋ ਕਰਾਵੋ ਠਾਕੁਰ, ਹੁਕਮ ਕਰੋ ਕਰਾਵੋ ਠਾਕੁਰ, ਹੁਕਮ ਕਰੋ ਕਰਾਵੋ ਠਾਕੁਰ, ਕਰਾਵੋ ਠਾਕੁਰ, ਵੇਖਤ ਸਾਧੂ ਸੰਗ, ਵੇਖਤ ਸਾਧੂ ਸੰਗ, ਵੇਖਤ ਸਾਧੂ ਸੰਗ, ਵੇਖਤ ਸਾਧੂ ਸੰਗ, ਹਰ ਹਰ ਨਾਮ ਚਲਾਵੋ ਰੰਗਨ, 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 ਆਪੇ ਹੀ ਪ੍ਰਭ ਰੰਗ, ਆਪੇ ਹੀ ਪ੍ਰਭ ਰੰਗ, ਆਪੇ ਹੀ ਪ੍ਰਭ ਰੰਗ, ਆਪੇ ਹੀ ਪ੍ਰਭ ਰੰਗ, ਰਾਮ ਨਾਮ ਜਾਪ, ਰਾਮ ਨਾਮ ਜਾਪ, ਰਾਮ ਨਾਮ ਜਾਪ, ਰਾਮ ਨਾਮ ਜਾਪ, ਮਨ ਮੇ 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 ਰਾਮ ਨਾਮ ਜਾਪ, 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 ਪਾਵ ਸੋ ਮੇਰੇ ਹਿਰਦੇ, ਕਿਰਪਾ ਵਸੋ ਮੇਰੇ ਹਿਰਦੇ, ਕਰ ਕਿਰਪਾ ਵਸੋ ਮੇਰੇ ਹਿਰਦੇ, ਕਰ ਕਿਰਪਾ ਵਸੋ ਮੇਰੇ ਹਿਰਦੇ, ਹੋਏ ਸਹਾਈ ਆਪ, ਹੋਏ ਸਹਾਈ ਆਪ, ਹੋਏ ਸਹਾਈ ਆਪ, ਹੋਏ ਸਹਾਈ ਆਪ, ਸੁਣ ਨਾਮ ਤੁਮਾਰਾ ਪ੍ਰੀਤਮ, ਸੁਣ 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 ਸੁਣ ਨਾਮ ਤੁਮਾਰਾ ਪ੍ਰੀਤਮ, ਬਾਬੇ ਖਨਕਾ ਜਾਓ, ਪ੍ਰਭ ਵੇਖਣ ਕਾ ਜਾਓ, ਪ੍ਰਭੇ ਖਨਕਾ ਜਾਓ, ਪ੍ਰਭੇ ਖਨਕਾ ਜਾਓ, ਦਇਆ ਕਰੋ ਕਿਰਮ ਆਪਣੇ ਕੋ, 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 ਇਹ ਮਨੋਰਥ ਸਵਾਓ, ਇਹ ਮਨੋਰਥ ਸਵਾਓ, ਇਹ ਮਨੋਰਥ ਸਵਾਓ, ਇਹ ਮਨੋਰਥ ਸਵਾਓ, ਰਾਮ ਨਾਮ ਜਾਪ, ਰਾਮ ਨਾਮ ਜਾਪ, ਰਾਮ ਨਾਮ ਜਾਪ, ਰਾਮ ਨਾਮ ਜਾਪ, ਮਨ ਮੇ 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 ਰਾਮ ਨਾਮ ਜਾਪ, 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 ਸੰਤਨ ਤੇਰਾ ਤੂੰ ਪ੍ਰਭ ਮੇਰਾ, 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 ਹਮਰੇ ਵਸ ਵਿੱਚ ਨਾਹੀ, ਹਮਰੇ ਵਸ ਵਿੱਚ ਨਾਹੀ, ਹਮਰੇ ਵਸ ਵਿੱਚ ਨਾਹੀ, ਹਮਰੇ ਵਸ ਵਿੱਚ ਨਾਹੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, 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 ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਹਮਰੇ ਵਸ ਵਿੱਚ ਨਾਹੀ, ਹਮਰੇ ਵਸ ਵਿੱਚ ਨਾਹੀ, ਹਮ
बस किछ ना है, हमरे बस किछ ना है। परे एक गुण नाही अमृत छाड़ बिखै बिख खाई माया मोह परम पै भूले सुत दारा स्यों प्रीत लगाई एक उत्तम पंथ सुनियो गुर संगत त्रह मिलंत जम त्रास मिटाई एक अरदास पाठ कीरत की गुरु रामदास राखो शरणाई रखिया करो
ਰੱਖਿਆ ਕਰੋ ਗੁਸਾਈ ਮੇਰੇ ਰੱਖਿਆ ਕਰੋ ਰੱਖਿਆ ਕਰੋ ਗੁਸਾਈ ਮੇਰੇ ਰੱਖਿਆ ਕਰੋ ਰੱਖਿਆ ਕਰੋ ਗੁਸਾਈ ਮੇਰੇ ਰੱਖਿਆ ਕਰੋ ਰੱਖਿਆ ਕਰੋ ਗੁਸਾਈ
ਗੁਸਾਈ ਮੇਰੇ ਰੱਖਿਆ ਕਰੋ, ਰੱਖਿਆ ਕਰੋ ਗੁਸਾਈ ਮੇਰੇ ਰੱਖਿਆ ਕਰੋ। ਬਾਬਾ ਵਿਖ ਦੇਖਿਆ ਸੰਸਾਰ, ਬਾਬਾ ਵਿਖ ਦੇਖਿਆ ਸੰਸਾਰ, ਬਾਬਾ ਵਿਖ ਦੇਖਿਆ ਸੰਸਾਰ, ਬਾਬਾ ਵਿਖ ਦੇਖਿਆ ਸੰਸਾਰ। ਰੱਖਿਆ ਕਰੋ ਗੁਸਾਈ ਮੇਰੇ ਗੁਸਾਈ ਮੇਰੇ ਰੱਖਿਆ ਕਰੋ, ਰੱਖਿਆ ਕਰੋ ਗੁਸਾਈ ਮੇਰੇ ਰੱਖਿਆ ਕਰੋ, ਰੱਖਿਆ ਕਰੋ ਗੁਸਾਈ ਮੇਰੇ ਰੱਖਿਆ ਕਰੋ। ਜਾਣੇ ਬਿਰਥਾ ਸਭਾ ਮਨ ਕੀ,
ਰੱਖਿਆ ਕਰੋ ਗੁਸਾਈ ਮੇਰੇ ਰੱਖਿਆ ਕਰੋ, ਰੱਖਿਆ ਕਰੋ ਗੁਸਾਈ ਮੇਰੇ ਰੱਖਿਆ ਕਰੋ। ਮਨ ਰੰਗੋ ਵੱਡ ਪਾਗੀ ਹੋ ਗੋਰੇ ਤੁਠਾ ਕਰੇ ਪਸਾਓ, ਮਨ ਰੰਗੋ ਵੱਡ ਪਾਗੀ ਹੋ ਗੋਰੇ ਤੁਠਾ ਕਰੇ ਪਸਾਓ, ਮਨ ਰੰਗੋ ਵੱਡ ਪਾਗੀ ਹੋ ਗੋਰੇ ਤੁਠਾ ਕਰੇ ਪਸਾਓ।
Yeah.
ਵਾਹਿਗੁਰੂ ਬੋਲਿਆ
ਬੰਦੇ ਮਹਾਬਲੀ ਚਰਨ ਜਪਾਇਣ ਆਪਣੇ ਚਰਨ ਜਪਾਇਣ ਆਪਣੇ ਚਰਨ ਜਪਾਇਣ ਆਪਣੇ ਚਰਨ ਜਪਾਇਣ ਵਿੱਚ ਦਿਓ ਖੜੋਆ ਵਿੱਚ ਦਿਓ ਖੜੋਆ ਵਿੱਚ ਦਿਓ ਖੜੋਆ ਵਿੱਚ ਦਿਓ ਖੜੋਆ ਖਸਮ ਕੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਤੇ ਆਇਨ ਸੁਣਨ ਨਿਤ 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 ਸੇ ਭਗਤ ਸੁਹਾਵੇ ਸੁਹਾਵੇ ਅਦਮ ਅਗੋ
ਅਗੋਚਰ ਸਾਹਿਬੋ ਅਗਮ ਅਗੋਚਰ ਸਾਹਿਬੋ ਅਗਮ ਅਗੋਚਰ ਸਾਹਿਬੋ ਅਗਮ ਅਗੋਚਰ ਸਾਹਿਬੋ ਦੂਸਰ ਲਵਨ ਲਾਵੇ 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 ਸੱਚ ਪੂਰੇ ਗੋਰੇ ਉਪਦੇਸ਼ਿਆ 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 ਨਾ
ਜੀ, ਆਪ ਜੀ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ। ਆਪ ਜੀ ਹਰਜਤ ਸੇਵਕ ਸ਼ਬਦੀ ਜੱਥੇ ਵੱਲੋਂ ਕੀਰਤਨ ਸਰਵਣ ਕਰ ਰਹੇ ਸੀ, ਜੋ ਕਿ ਰੋਜ਼ਾਨਾ ਸੁਖਾਸਨ ਸ਼ਬਦੀ ਸੇਵਕ ਜੱਥਾ ਨਾਲ ਹੀ ਹਰ ਐਤਵਾਰ ਸਵੇਰੇ 6:30 ਤੋਂ 8:30 ਵਜੇ ਤੱਕ ਘਰੋ ਘਰੀ ਨਿਸ਼ਕਾਮ ਸੇਵਾ ਕੀਤੀ ਜਾਂਦੀ ਹੈ। ਆਪ ਜੀ ਨੇ ਬੁਕਿੰਗ ਕਰਾਉਣੀ ਹੋਵੇ ਅਤੇ ਗੁਰਦੁਆਰਾ ਸਾਹਿਬ ਸੰਪਰਕ ਕਰ ਸਕਦੇ ਹੋ। ਅਗਲੀ ਸੇਵਾ ਵੀਰ ਅਜੇਪਾਲ ਵੀਰ ਜੀ ਦੀ ਕਥਾ ਦੀ ਹੈ, ਮਾਫ਼ੀ ਮੰਗਦੇ ਹਾਂ, ਉਹਨਾਂ ਦਾ ਕੁਛ ਸਮਾਂ ਅਸੀਂ ਲੈ ਲਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਜਸ ਸ਼ਬਦੀ ਜੱਥੇ ਪਾਸੋਂ ਗੁਰੂ ਦੀ ਬਾਣੀ ਸੁਣ ਵੀ ਰਹੇ ਸੀ ਤੇ ਨਾਲ ਨਾਲ ਗਾ ਵੀ ਰਹੇ ਸੀ। ਹੋਲਾ ਮਹੱਲਾ, ਆਓ ਜਿੰਨਾ ਕੁ ਸਮਾਂ ਪ੍ਰਬੰਧਕ ਵੀਰਾਂ ਨੇ ਨਿਰਧਾਰਿਤ ਕੀਤਾ ਹੈ, ਹੋਲੀ ਤੋਂ ਲੈ ਕੇ ਹੋਲਾ ਮਹੱਲਾ, ਦੇਖੋ ਜਿਸ ਦੇਸ਼ ਵਿੱਚ ਰਹਿੰਦੇ ਆ ਨਾ, ਉਸ ਦੇਸ਼ ਦੀ ਬਹੁ ਗਿਣਤੀ ਸਨਾਤਨ ਵੀਰ ਹਿੰਦੂ ਵੀਰ ਹੋਲੀ ਮਨਾਉਂਦੇ ਹੈ। ਇਹ ਗੱਲ ਵੱਖਰੀ ਹੈ, ਗੁੱਸਾ ਨਹੀਂ ਕਰਨਾ, ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਹਾਂ, ਪਰ ਅੱਜ ਦੇ ਦਿਨ ਵਿਚਾਰਧਾਰਾ ਕਿਸੇ ਹੋਰ ਦੀ ਮੰਨਦੇ ਹਾਂ। ਗੁੱਸਾ ਨਹੀਂ ਕਰਨਾ ਗੱਲ ਦਾ, ਦੇਖਣਾ ਤੁਸੀਂ ਸ਼ਾਮੀ, ਮੈਂ ਦੇਖਿਆ ਇੱਥੇ ਉਹ ਜਿਹੜਾ ਪਿਕਚਰ ਹਾਲ ਹੁੰਦਾ ਸੀ ਨਾ, ਉਹਦੇ ਕੋਲ ਇਤਨਾ ਟ੍ਰੈਫਿਕ ਜਾਮ ਸੀ ਤੇ ਪੱਗਾਂ ਵਾਲੇ ਵੀ ਔਰ ਉਹਨਾਂ ਵਿੱਚੋਂ ਗੁਰੂ ਘਰ ਆਉਣ ਵਾਲੇ ਵੀ, ਗੁੱਸਾ ਨਹੀਂ ਕਰਨਾ, ਉਹ ਵੀ ਪਿਚਕਾਰੀ ਰੰਗ, ਸਮਝਣਾ ਜ਼ਰਾ, ਗੁੱਸਾ ਨਹੀਂ ਕਰਨਾ ਗੱਲ ਦਾ। ਆਓ, ਹੋਲੀ ਵਾਲਾ ਦਿਨ ਸਾਡੇ ਪੈਗੰਬਰ ਨੇ ਕਿਉਂ ਚੁਣਿਆ? ਦੇਖੋ ਸ਼ਸਤਰਾਂ ਦੀ ਗੱਲ ਹੋ ਰਹੀ ਹੈ, ਰੰਗ ਔਰ ਸ਼ਸਤਰ ਦਾ ਕੋਈ ਮੇਲ ਨਹੀਂ ਹੈ। ਕਲਰਸ, ਗੁਬਾਰੇ, ਸੌਖੇ ਸ਼ਬਦਾਂ ਵਿੱਚ ਕਿੱਚੜ, ਇਹਨਾਂ ਦਾ ਕੋਈ ਮੇਲ ਨਹੀਂ ਹੈ, ਪਰ ਸਾਡੇ ਪੈਗੰਬਰ ਨੇ ਇਹ ਵਾਲਾ ਦਿਨ ਕਿਉਂ ਚੁਣਿਆ? ਬਸ ਜਿਹਨੂੰ ਇਹ ਸਮਝ ਲੱਗ ਗਈ ਨਾ, ਉਹ ਫਿਰ ਲਾਲ ਪੀਲੇ ਰੰਗ ਨਾਲ ਨਹੀਂ, ਉਸ ਰੰਗ ਨਾਲ ਜੁੜੇਗਾ। ਬੰਦ ਬੰਦ ਤੇ ਕਟੇ ਜਾ ਸਕਦੇ ਹੈ,
ਮੇਰੇ ਕੋਲ ਸਮਾਂ ਵੀ ਸੀਮਿਤ ਹੈ। ਵੈਸੇ ਤੇ ਇੱਕ ਵੀਰ ਜੀ ਨੇ ਕਿਹਾ ਕੋਈ ਨਹੀਂ ਡੇਢ ਵਜੇ ਤੱਕ ਲਗਾ ਲਓ, ਪਰ ਮੈਂ ਕਿਹਾ ਬਈ ਨਹੀਂ, ਗੁਰਨਾਮ ਸਿੰਘ ਵੀਰ ਜੀ, ਸਰਨਾ ਸਾਹਿਬ, ਮੇਰਾ ਕਾਲੂ ਵੀਰ, ਇਹਨਾਂ ਕੋਲ ਦੁਬਾਰਾ ਵੀ ਵਕਤ ਲੈਣਾ। ਅੱਜ ਤੇ ਲਗਾ ਤਾ ਡੇਢ ਵਜੇ ਤੱਕ, ਮਾਈਕ ਕੋਈ ਨਹੀਂ ਖਿੱਚਦਾ, ਪਰ ਅੱਗੂ ਤੂੰ ਕਾਟਾ ਲੱਗ ਜਾਣਾ, ਉਹ ਨਹੀਂ ਕਰਨਾ। ਸਵਾ ਇੱਕੀ, ਜ਼ਿਆਦਾ ਜ਼ਿਆਦਾ ਇੱਕ ਵੀ, ਜ਼ਿਆਦਾ ਜ਼ਿਆਦਾ। ਅੱਜ ਉਹ ਰੰਗ ਲੱਗਿਆ ਸੀ ਹੋਲੀ ਦੇ ਆਉਣ ਤੋਂ ਪਹਿਲੇ, ਪਿਓ ਪੁੱਤਰ, ਉਹ ਗੱਲ ਵੱਖਰੀ ਹੈ। ਗੁਰੂ ਘਰ ਦੇ ਨੋਟਿਸ ਬੋਰਡ ਤੇ ਨਾਂ ਵੀ ਨਹੀਂ ਉਹਨਾਂ ਦਾ ਦਰਜ ਹੈ। ਅੱਜ ਦੇ ਦਿਨ ਦੋ ਪਿਓ ਪੁੱਤਰ ਚਰਖੜੀਆਂ ਤੇ ਚੜੇ ਸੀ। ਜਿਲੇ ਭਾਈ ਤਾਰੂ ਸਿੰਘ ਸ਼ਹੀਦ ਹੋਏ ਸੀ ਨਾ, ਉਸ ਤੋਂ ਪਹਿਲੇ ਜ਼ਕਰੀਆ ਖਾਨ ਜੁੱਤੀ ਨਾਲ ਮਰਦਾ ਹੈ, ਤੇ ਭਾਈ ਤਾਰੂ ਸਿੰਘ ਸ਼ਹੀਦ ਹੋਏ। ਮੈਂ ਹਲਕਾ ਜਿਹਾ ਹੀ ਜ਼ਿਕਰ ਕਰਨਾ, ਫਿਰ ਆਣਾ ਹੋਲੀ ਤੇ ਹੀ ਹੈ। ਤੇ ਪਿਆਰ ਵਾਲਿਓ, ਜ਼ਕਰੀਆ ਦੇ ਤਿੰਨ ਪੁੱਤਰ ਹੈ, ਯਹੀਆ ਖਾਨ ਹਿੰਦੁਸਤਾਨ ਦੇ ਤਖਤ ਤੇ ਬੈਠਦਾ ਹੈ, ਤੇ ਪਿਆਰ ਵਾਲਿਓ ਦੋ 18 ਸਾਲ ਪੁੱਤਰ ਦੀ ਉਮਰ, ਲਗਭਗ 43-45 ਪਿਤਾ ਦੀ ਉਮਰ। ਚਰਖੇ ਕੱਟ ਕੇ ਆਜ਼ਾਦੀ ਨਹੀਂ ਮਿਲੀ, ਸਿੱਖ ਚਰਖੜੀਆਂ ਤੇ ਚੜੇ ਹੈ ਤਾਂ ਆਜ਼ਾਦੀ ਮਿਲੀ ਹੈ। ਅੱਜ ਦਾ ਉਹ ਦਿਨ ਸੀ, ਉਹ ਰੰਗ ਹੈ। ਆਓ ਹੋਲੀ, ਹਰਨਾ ਕਸ਼ਯਪ, ਹਰਨਾ ਕਸ਼ਯਪ, ਹਰਨਾ ਕਸ਼, ਬਹੁਤ ਪਿਆਰਾ ਨਾਂ ਹੈ, ਬਹੁਤ ਬੰਦਗੀ ਕੀਤੀ, ਇਸ ਤੋਂ ਇਨਕਾਰੀ ਨਾ ਹੋਇਆ ਕਰੀਏ, ਬਹੁਤ ਬੰਦਗੀ ਕੀਤੀ ਪਰਮਾਤਮਾ ਕੋਲ ਉਹਨਾਂ ਦੀ ਵਿਚਾਰਧਾਰਾ ਦੇ ਮੁਤਾਬਕ, ਉਹਨਾਂ ਦੀ ਵਰ ਪ੍ਰਾਪਤ ਕੀਤੇ। ਫਿਰ ਹੰਕਾਰੀ ਬਣ ਗਿਆ ਜੀ, ਹੰਕਾਰੀ। ਚਾਰ ਪੁੱਤਰ ਉਹਦੇ ਘਰ ਜਨਮ ਲੈਂਦੇ ਆ, ਚਾਰ। ਅਸੀਂ ਗੱਲ ਇੱਕ ਦੀ ਕਰਨੀ ਹੈ। ਹਰਨਾਕਸ਼ ਨੇ ਉਸ ਵਕਤ, ਅੱਜ ਦੀ ਭਾਸ਼ਾ ਵਿੱਚ ਕਹੀਏ, ਇੱਕ ਨੋਟੀਫਿਕੇਸ਼ਨ ਜਾਰੀ ਕਰਵਾਇਆ ਬਈ ਸਕੂਲਾਂ ਵਿੱਚ, ਪਾਠਸ਼ਾਲਾ ਵਿੱਚ ਇਹ ਪੜ੍ਹਾਓ, ਹਰਨਾਕਸ਼ ਵੱਡਾ, ਹਰਨਾਕਸ਼ ਵੱਡਾ। ਉਹ ਦੋ ਉਸਤਾਦ ਜਿਨ੍ਹਾਂ ਦਾ ਜ਼ਿਕਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹਨਾਂ ਨੇ ਵੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਚਾਰ ਪੁੱਤਰਾਂ ਚੋਂ ਇੱਕ ਪੁੱਤਰ ਭਗਤ ਪ੍ਰਹਿਲਾਦ, ਉਹ ਵੀ ਗਿਆ ਪਾਠਸ਼ਾਲਾ, ਤੇ ਉਸਤਾਦਾਂ ਨੇ ਕਿਹਾ ਪ੍ਰਹਿਲਾਦ ਹਰਨਾਕਸ਼ ਵੱਡਾ। ਤੇ ਪ੍ਰਹਿਲਾਦ ਜੀ ਨੇ ਕਿਹਾ ਉਸਤਾਦ ਜੀ, ਹਰਨਾਕਸ਼ ਮੇਰਾ ਪਿਤਾ ਹੈ, ਹਰਨਾਕਸ਼ ਇਸ ਦੇਸ਼ ਦਾ ਰਾਜਾ ਹੈ, ਪਰ ਵੱਡਾ ਤੇ ਰੱਬ ਹੈ, ਵੱਡਾ ਤੇ ਰਾਮ ਹੈ। ਮੈਂ ਇੱਕ ਗੱਲ ਕਲੀਅਰ ਕਰਦਾ, ਇਹ ਰਾਮ ਅਯੋਧਿਆ ਦਾ ਰਾਮ ਚੰਦਰ ਨਹੀਂ ਹੈ, ਇਹ ਰਾਮ ਹੈ ਜੋ ਰਾਮ ਚੰਦਰ ਜੀ ਦਾ ਵੀ ਰਾਮ ਹੈ, ਇਹ ਉਸ ਰਾਮ ਦੀ ਗੱਲ ਹੁੰਦੀ। ਹੁਣ ਫੱਟੀ ਤੇ ਸਭ ਨੇ ਕਿਹਾ, ਉਸਤਾਦਾਂ ਨੇ, ਬਈ ਹਰਨਾਕਸ਼ ਵੱਡਾ ਹੈ। ਪ੍ਰਹਿਲਾਦ ਨੇ ਕਿਹਾ, ਨਾ ਉਸਤਾਦ ਜੀ, ਮਾਫ ਕਰਨਾ, ਗਲਤ ਨਾ ਪੜਾਓ, ਗਲਤ ਨਾ ਪੜਾਓ। ਪੀਟੀਐਮ, ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ, ਪੀਟੀਐਮ
ਹਾਂ ਜੀ ਸੈਟਰਡੇ ਆਉਂਦੀ ਮੋਤਾ ਸਿੰਘ ਮੈਂ ਦੇਖਿਆ ਜੀ ਤੇ ਉਹ ਲਗਭਗ ਪੀਟੀਐਮ ਹੀ ਹੈ ਹਰਨਾਕਸ਼ ਦਰਬਾਰ ਵਿੱਚ ਉਸਤਾਦਾਂ ਨੂੰ ਬੁਲਾਉਂਦਾ ਸੀ ਸਭ ਠੀਕ ਚੱਲ ਰਿਹਾ ਸਾਰੇ ਮੇਰਾ ਨਾਮ ਜਪ ਰਹੇ ਹੈ ਕੋਈ ਗੜਬੜ ਤੇ ਨਹੀਂ ਤੇ ਦੋਨਾਂ ਉਸਤਾਦਾਂ ਨੇ ਕਿਹਾ ਬਗਾਵਤ ਤੇ ਤੇਰੇ ਘਰੋਂ ਹੀ ਸ਼ੁਰੂ ਹੋ ਗਈ ਹੈ ਪਹਿਲੇ ਤੇ ਕੱਲਾ ਪ੍ਰਹਿਲਾਦ ਜਪਦਾ ਸੀ ਰੱਬ ਵੱਡਾ ਹੈ ਰਾਮ ਵੱਡਾ ਹੈ ਹੁਣ ਬਾਕੀ ਦੇ ਸਾਥੀ ਵੀ ਜਪਣ ਲੱਗ ਗਏ ਹੈ ਉਸਤਾਦ ਜੀ ਗਲਤ ਨਾ ਬਣਾਓ ਵੱਡਾ ਤੇ ਰਾਮ ਹੈ ਵੱਡਾ ਤੇ ਰੱਬ ਹੈ ਪੁੱਤਰ ਨੂੰ ਕੋਲ ਬੁਲਾਇਆ ਹਰਨਾਕਸ਼ ਸੋਚਦਾ ਹੋਰ ਕੋਈ ਹੁੰਦਾ ਨਾ ਮੈਂ ਗਰਦਨ ਉਤਾਰ ਦਿੰਦਾ ਆਪਣਾ ਖੂਨ ਹੈ ਪਿਆਰ ਨਾਲ ਸਮਝਾਇਆ ਇੱਕ ਬੇਨਤੀ ਸਮਝਣਾ ਜਿਹੜਾ ਧਰਮੀ ਹੁੰਦਾ ਹੈ ਨਾ ਅੰਦਰੋਂ ਧਰਮੀ ਕੱਪੜਿਆਂ ਦਾ ਧਰਮੀ ਨਹੀਂ ਉਹ ਕਦੀ ਕਿਸੇ ਰਾਜੇ ਦੀ ਭਾਸ਼ਾ ਨਹੀਂ ਬੋਲਦਾ ਤੇ ਜਿਹੜਾ ਰਾਜੇ ਦੀ ਭਾਸ਼ਾ ਬੋਲਦਾ ਹੈ ਉਹ ਧਰਮੀ ਹੋ ਹੀ ਨਹੀਂ ਸਕਦਾ ਉਹ ਕੇਵਲ ਕੱਪੜੇ ਪਾ ਲੈਂਦਾ ਧਰਮੀਆਂ ਦੇ ਨਹੀਂ ਮੰਨੇ ਜੀ ਭਗਤ ਜੀ ਮਾਂ ਪਤਨੀ ਕੋਲ ਭੇਜਿਆ ਮਾਂ ਇਹ ਜਾਣਦੀ ਹੈ ਕਿ ਮੇਰਾ ਪਤੀ ਰਾਜਾ ਹੈ ਪਰ ਰੱਬ ਨਹੀਂ ਹੈ ਮਾਂ ਨੇ ਵੀ ਕਿਹਾ ਪੁੱਤਰ ਜਪ ਲਿਆ ਕਰ ਤੂੰ ਵੀ ਘਰ ਦੀ ਸ਼ਾਂਤੀ ਬਣੀ ਰਹੇ ਘਰ ਦੀ ਸ਼ਾਂਤੀ ਬਣੀ ਰਹੇ ਮੇਰੇ ਪੁੱਤਰ ਤੂੰ ਵੀ ਕਹਿ ਦਿਆ ਕਰ ਅਰਨਾਕਸ਼ ਜੀ ਵੱਡਾ ਹੈ ਛੱਡਦਾ ਰਾਮ ਦਾ ਨਾਂ ਨਹੀਂ ਮੰਨੇ ਆਖਿਰ ਵਿੱਚ ਮਾਂ ਨੇ ਕਿਹਾ ਪੁੱਤ ਮੈਂ ਤੈਨੂੰ ਦੁੱਧ ਪਿਲਾ ਕੇ ਵੱਡਾ ਕੀਤਾ ਮੇਰੇ ਸਾਹ ਵਿੱਚ ਤੂੰ ਸਾਹ ਲਿਆ ਤੇ ਵੱਡਾ ਹੋਇਆ ਉਸ ਦੁੱਧ ਦਾ ਵਾਸਤਾ ਮੇਰੇ ਪੁੱਤਰ ਤੂੰ ਵੀ ਕਹਿ ਦਿਆ ਕਰ ਹਰਨਾਕਸ਼ ਵੱਡਾ ਹੈ ਭਗਤ ਪ੍ਰਹਿਲਾਦ ਜੀ ਨੇ ਕਿਹਾ ਮਾਂ ਜੇ ਦੁੱਧ ਦਾ ਵਾਸਤਾ ਦੇ ਕੇ ਤੂੰ ਮੈਨੂੰ ਕੂੜ ਦੀ ਤਰਫ ਤੋਰੇਂਗੀ ਨਾ ਤੂੰ ਮੇਰੀ ਮਾਂ ਹੀ ਨਹੀਂ ਦੇਖੋ 15 ਭਗਤ ਹੈ ਜਿਨ੍ਹਾਂ ਦੇ ਬੋਲ ਦਰਜ ਹੈ 15 ਹੈ 14 ਭਗਤ ਬਾਬਾ ਰਵੀ ਪਿਆਰ ਵਾਲਿਓ ਹੈ 14 ਭਗਤ ਪਰ ਜਿਹੜੇ ਭਗਤ ਦਾਨਾ ਬਾਬਾ ਫਰੀਦ ਨੂੰ ਕਦੀ ਭਗਤ ਦਾ ਟਾਈਟਲ ਨਹੀਂ ਮਿਲਿਆ ਪਰ ਅਸੀਂ 15 ਕਹਿੰਦੇ ਹਾਂ ਟੋਟਲ ਮਿਲਾ ਕੇ ਪਰ ਦੋ ਭਗਤ ਐਸੇ ਹੈ ਜਿਨ੍ਹਾਂ ਦਾ ਇੱਕ ਵੀ ਬੋਲ ਦਰਜ ਨਹੀਂ ਹੈ ਸਾਡਾ ਰੋਜ਼ ਦਾ ਸੰਬੰਧ ਹੈ ਆਸਾ ਕੀ ਵਾਰ ਦੀ ਸਮਾਪਤੀ ਤੋਂ ਬਾਅਦ ਭਗਤ ਪ੍ਰਹਿਲਾਦ ਨਾਲ ਕਿਉਂ ਨਾਮ ਜਪੋ ਜੀ ਐਸੇ ਐਸੇ ਬਾਣੀ ਵਿੱਚ ਆਇਆ ਬਈ ਉਹਨਾਂ ਭਗਤਾਂ ਦਾ ਦ੍ਰਿਸ਼ਟਾਂਤ ਹੈ ਐਗਜ਼ਾਮਪਲ ਹੈ ਤੇ ਭਗਤ ਪ੍ਰਹਿਲਾਦ ਨੇ ਕਹਿਤਾ ਮਾਂ ਮੈਨੂੰ ਕੂੜ ਦੇ ਤਰਫ ਨਾ ਤੋਰ ਦੁੱਧ ਦਾ ਵਾਸਤਾ ਨਾ ਦੇ ਸਾਰਾ ਜ਼ਿਕਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਹੈ ਪਰਬਤ ਤੋਂ ਗੇਰਿਆ ਭਗਤ ਜੀ ਨੂੰ ਕੁਛ ਨਹੀਂ ਹੋਇਆ ਦਰਖਤ ਤੋਂ ਗੇਰਿਆ ਪਾਣੀ ਵਿੱਚ ਡੋਬਿਆ ਕਾਲ ਕੋਠਰੀ ਮੈਂ ਇੱਕ ਬੇਨਤੀ ਕਰਾਂ ਪਰਬਤ ਤੋਂ ਕੋਈ ਗਿਰੇ ਤੇ ਜਾਏਗਾ ਦੁਨੀਆ ਤੋਂ ਪਾਣੀ ਦਾ ਕੰਮ ਡੋਬਣਾ ਹੈ ਪਾਣੀ ਦਾ ਤੱਤ ਹੈ ਡੋਬਣਾ ਕੰਮ ਹੈ ਉਹਦਾ ਪਰ ਪਿਆਰ ਵਾਲਿਓ ਜਦ ਕੋਈ ਰੱਬ ਦੇ ਭਗਤ ਨੂੰ ਦੁੱਖ ਦਿੰਦਾ ਹੈ ਨਾ ਪਾਣੀ ਵੀ ਆਪਣਾ ਸੁਭਾਅ ਬਦਲ ਦਿੰਦਾ ਹੈ ਪਾਣੀ ਵੀ ਹੁਣ ਸਾਰੇ ਹੀਲੇ ਕਰ ਲਿੱਤੇ ਕੌਣ ਤੈਨੂੰ ਵਾਰ ਵਾਰ ਬਚਾਉਂਦਾ ਹੈ
ਲੋਕਾਈ ਨੂੰ ਇੱਕ ਗੱਲ ਸਮਝ ਆ ਰਹੀ ਸੀ, ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਹੈ ਨਾ, ਪਰਮਾਤਮਾ ਉਹਨੂੰ ਤੱਤੀ ਵਾਹ ਵੀ ਲੱਗਣ ਨਹੀਂ ਦਿੰਦਾ। ਇਹ ਉਹਨਾਂ ਦਾ, ਫਿਰ ਮੈਂ ਬੇਨਤੀ ਕਰਾਂ, ਉਹਨਾਂ ਦਾ ਇਤਿਹਾਸ ਮਿਥਿਹਾਸ ਕਹਿ ਲਓ। ਹਰਨਾ ਕਸ਼ ਆਣਾ ਮੈਂ ਹੋਲੇ ਮਹੱਲੇ ਤੇ ਹੀ ਹੈ, ਹੋਲੀ ਵਾਲਾ ਦਿਨ ਕਿਉਂ, ਤਾਂ ਇਹ ਵਿਚਾਰ ਲਈ। ਹਰਨਾ ਕਸ਼ ਦੀ ਇੱਕ ਭੈਣ ਹੈ ਹੋਲਕਾ, ਉਹਨਾਂ ਦੇ ਮੁਤਾਬਕ ਇੱਕ ਵਰ ਹੈ, ਦੁਸ਼ਾਲਾ ਸ਼ਾਲ ਲੋਈ ਉਹ ਲੈ ਕੇ ਬੈਠੇਗੀ ਅੱਗ ਵਿੱਚ, ਉਹਦਾ ਅੱਗ ਕੁਛ ਨਹੀਂ ਵਿਗਾੜੇਗੀ। ਆਪਣੇ ਭਤੀਜੇ ਨੂੰ ਪ੍ਰਹਿਲਾਦ ਭਤੀਜਾ ਹੀ ਲੱਗਾ ਨਾ ਭੂਆ, ਉਹ ਬੈਠ ਗਈ, ਲੋਕਾਈ ਦੂਰ ਤੱਕ ਬੈਠੀ ਹੈ, ਦੂਰ ਤੱਕ ਆਈ ਹੈ, ਅੱਜ ਕਿਵੇਂ ਬਚੇਗਾ। ਅੱਜ ਪਰਮਾਤਮਾ ਦੇਖਦੇ ਆ ਕੀ ਕਰਦਾ। ਜਰਾ ਨਕਸ਼ਾ ਬਣਾਓ, ਲੋਕਾਈ ਲੱਕੜਾਂ ਪਾਈ ਜਾ ਰਹੀ ਹੈ ਤੇ ਪੁੱਛੀ ਜਾ ਰਹੀ ਹੈ, ਪ੍ਰਹਿਲਾਦ ਸੜ ਗਿਆ? ਹੋਲਕਾ ਕਹਿੰਦੀ ਹਾਲੇ ਨਹੀਂ ਸੜਿਆ। ਉਹ ਹੋਰ ਲੱਕੜਾਂ ਪਾਉਂਦੇ ਹੈ, ਫਿਰ ਪੁੱਛਦੇ ਹੈ ਪ੍ਰਹਿਲਾਦ ਸੜ ਗਿਆ? ਉਹ ਕਹਿੰਦੀ ਹਾਲੇ ਨਹੀਂ ਸੜਿਆ। ਉਹ ਹੋਰ ਲੱਕੜਾਂ ਪਾਉਂਦੇ ਹੈ। ਅਚਾਨਕ ਆਵਾਜ਼ ਆਣੀ ਬੰਦ ਹੋ ਗਈ। ਹੁਣ ਜਿਹੜੀ ਲੋਕਾਈ ਹੈ, ਜਰਾ ਨਕਸ਼ਾ ਬਣਾਓ, ਉਹਨਾਂ ਦੇ ਮਨ ਵਿੱਚ ਤੇ ਦੁਸ਼ਾਲੇ ਦੇ ਥੱਲੋ ਹੋਲਕਾ ਆਏਗੀ, ਦੁਸ਼ਾਲੇ ਦੇ ਥੱਲੋ ਹੋਲਕਾ ਆਏਗੀ। ਪਰ ਹੋ ਗਿਆ ਉਲਟ, ਹਵਾ ਚੱਲੀ ਉਹਨਾਂ ਦੀ ਵਿਚਾਰਧਾਰਾ ਮੁਤਾਬਕ, ਹਵਾ ਚੱਲੀ ਸਾਰੇ ਜਾਣਦੇ ਆ, ਹੋਲਕਾ ਤੇ ਜਲ ਗਈ, ਦੁਸ਼ਾਲੇ ਥੱਲੋ ਪ੍ਰਹਿਲਾਦ ਆ ਗਿਆ। ਲੋਕਾਈ ਨੂੰ ਯਕੀਨ ਹੋ ਗਿਆ ਬਈ ਰੱਬ ਤੱਤੀ ਵਾਹ ਨਹੀਂ ਲੱਗਣ ਦਿੰਦਾ। ਹਰਨਾ ਕਸ਼ਯਪ ਹੰਕਾਰੀ, ਕੌਣ ਤੈਨੂੰ ਬਾਰ ਬਾਰ ਬਚਾ ਰਿਹਾ ਹੈ? ਕੌਣ ਥੰਬ ਫਾੜ ਕੇ ਨਰਸਿੰਘ ਰੂਪ ਪਰਮਾਤਮਾ ਆਪਣੇ ਵਰ ਗਿਣ ਲੈ, ਨਾ ਧਰਤੀ ਨਾ ਥੱਲੇ, ਸ਼ਾਮੀ ਮਰਾਂ ਨਾ ਸਵੇਰੇ ਮਰਾਂ, ਨਾ ਹਥਿਆਰ ਨਾਲ, ਨਾ ਅੰਦਰ ਨਾ ਬਾਹਰ, ਜੋ ਉਹਨਾਂ ਦੇ ਮੁਤਾਬਕ ਹੈ ਸਾਰੇ ਗਿਣ ਲੈ, ਨਖੂਨਾ ਨਾਲ ਹਰਨਾ ਕਸ਼ਯਪ ਨੂੰ ਚੀਰ ਕੇ ਰੱਖ ਦਿੱਤਾ, ਚੀਰ ਕੇ। ਲੋਕਾਈ ਨੂੰ ਯਕੀਨ ਹੋ ਗਿਆ ਬਈ ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ ਹੈ ਨਾ, ਪਰਮਾਤਮਾ ਤੱਤੀ ਵਾਹ ਨਹੀਂ ਲੱਗਣ ਦਿੰਦਾ। ਹੁਣ ਉਹ ਸਵਾ ਸਵਾ ਸਮਝੇ ਨਾ ਜੀ, ਰਾਖ, ਲੋਕਾਈ ਨੇ ਰਾਖ ਜਰਾ ਜੀ ਲਈ, ਜੋ ਮੈਂ ਪੜਿਆ ਉਹ ਮੱਥੇ ਤੇ ਤਿਲਕ ਲਗਾਇਆ ਤੇ ਉਸ ਦਿਨ ਖੁਸ਼ੀ ਮਨਾਈ ਬਈ ਅੱਜ ਭਗਤ ਦੀ ਜਿੱਤ ਹੋਈ ਹੈ, ਅੱਜ ਹਰਨਾ ਕਸ਼ ਪਿਆਰ ਵਾਲਿਓ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ, ਅੱਜ ਪਾਪੀ ਦਾ ਅੰਤ ਹੋਇਆ। ਬਹੁਤ ਧਿਆਨ ਨਾਲ ਸਮਝੋ, ਹਰ ਸਾਲ ਲੋਕਾਈ ਨੇ ਲੱਕੜ ਕੱਟੀ ਕਰ ਲੈਣੀ ਚੌਕ ਤੇ ਉਹ ਬਾਲਣੀ, ਬ੍ਰਾਹਮਣ ਨੇ ਕਥਾ ਸੁਣਾਣੀ, ਦੇਖੋ ਇਹ ਗੁਰੂ ਨਾਨਕ ਦਾ ਘਰ ਹੀ ਹੈ, ਇੱਥੇ ਨਹੀਂ ਪੁੱਛਿਆ ਜਾਂਦਾ। ਹੁਣ ਇਹ ਸ਼ਬਦੀ ਜੱਥਾ ਕਰ ਰਿਹਾ ਸੀ, ਜੋ ਵੀ ਮੋਢੀ ਹੋਣਗੇ ਵੀਰ ਜੀ, ਕੋਈ ਆਏ ਉਹਨਾਂ ਕੋਲ ਪੁੱਛੇ ਵੀਰ ਜੀ ਮੈਂ ਸ਼ਬਦ ਪੜ੍ਹਨਾ, ਤੇ ਵੀਰ ਜੀ ਇਹੀ ਕਹਿਣਗੇ ਬਈ ਟਾਈਮ ਨਾ ਲਾਓ ਹਾਰ ਹੀ ਮਿਲੇਗੀ। ਇਹ ਨਹੀਂ ਪੁੱਛਣਗੇ ਵੀਰ ਜੀ ਤੂੰ ਕਿਹੜੇ ਜਾਤ ਦਾ ਹੈ, ਇਹ ਨਹੀਂ ਪੁੱਛਣਗੇ। ਮੇਰਾ ਖਿਆਲ ਹੈ ਇਹ ਗੁਰੂ ਨਾਨਕ ਦਾ ਘਰ ਹੀ ਹੈ, ਪਰ ਉਸ ਵਕਤ ਧਰਮ ਦੀ ਵਿਚਾਰ ਕੇਵਲ ਬ੍ਰਾਹਮਣ ਸੁਣਾਉਂਦਾ। ਬ੍ਰਾਹਮਣ ਨੇ ਹਰ ਸਾਲ ਹਰਨਾ ਕਸ਼ਯਪ, ਬਹੁਤ ਧਿਆਨ ਨਾਲ ਸਮਝੋ, ਪ੍ਰਹਿਲਾਦ ਦੀ ਸਾਖੀ ਸੁਣਾਣੀ,
ਲੋਕਾਂ ਦੇ ਮਨ ਵਿੱਚ ਪਰਮਾਤਮਾ ਪ੍ਰਤੀ ਪਿਆਰ ਹੋਰ ਗੂੜਾ ਹੋ ਜਾਣਾ, ਹੋਰ ਗੂੜਾ ਹੋ ਜਾਣਾ। ਜੋ ਜਿਸਨੇ ਹੋਲਕਾ ਔਰ ਅਰਨਾਕਸ਼ ਨੂੰ ਨਹੀਂ ਵੀ ਦੇਖਿਆ ਉਹਦੇ ਮਨ ਵਿੱਚ ਵੀ ਸਾਖੀ ਸੁਣ ਕੇ ਬ੍ਰਾਹਮਣ ਨੇ ਇੱਕ ਦਿਨ ਮਨ ਵਿੱਚ ਸੋਚਿਆ, ਜੇ ਮੈਂ ਸਾਖੀ ਆਮ ਪਬਲਿਕ ਤੱਕ, ਆਮ ਲੋਕਾਈ ਤੱਕ ਸੁਣਾ ਦਿੱਤੀ, ਮੇਰਾ ਕੀ ਬਣੇਗਾ? ਮੇਰੇ ਅੱਗੇ ਸੇਬ ਸੰਤਰਾ ਮਾਇਆ ਕਿੰਨੇ ਰੱਖਣੀ ਹੈ, ਮੇਰੇ ਅੱਗੇ ਕਿੰਨੇ ਮਾਇਆ ਰੱਖਣੀ ਹੈ? ਲੋਕ ਸਿੱਧਾ ਪਰਮਾਤਮਾ ਦੀ ਗੱਲ ਕਰਨਗੇ। ਬ੍ਰਾਹਮਣ ਨੇ ਬਹੁਤ ਚਲਾਕੀ ਨਾਲ ਚਾਹੀਦਾ ਤੇ ਸੀ ਉਸ ਦਿਨ ਪਰਮਾਤਮਾ ਤੋਂ ਵਿਚਾਰ ਲੈਣੀ, ਨਿਰੰਕਾਰ ਕੋਲੋਂ ਵਿਚਾਰ ਲੈਣੀ, ਪਰ ਬ੍ਰਾਹਮਣ ਨੇ ਬਹੁਤ ਚਲਾਕੀ ਨਾਲ ਵਿਚਾਰ ਨਿਰੰਕਾਰ ਤੇ ਪਾਸੇ ਲੈ ਗਏ। ਵਿਕਾਰੀ ਹੋ ਗਿਆ ਮਨੁੱਖ, ਉਹ ਰੰਗ ਕਿੱਚੜ ਪਤਾ ਨਹੀਂ ਕਿਸ ਤਰ੍ਹਾਂ ਬਸ ਭੂਤ ਬਣ ਕੇ ਘੁੰਮਣ ਲੱਗਾ, ਭੂਤ ਬਣ ਕੇ। ਇਸ ਸਾਖੀ ਨੂੰ ਇੱਥੇ ਹੀ ਰੋਕਦੇ ਆ, ਫਿਰ ਇਹਨੂੰ ਜੋੜਾਂਗੇ। ਤਲਵੰਡੀ ਦੀ ਧਰਤੀ ਤੇ ਇੱਕ ਨਾ ਬਹੁਤ ਵੱਡਾ ਭੁਲੇਖਾ ਹੈ ਸਮਝਣਾ, ਬਈ ਸ਼ਸਤਰਾਂ ਦੀ ਗੱਲ ਕੇਵਲ 6ਵੇਂ ਪਾਤਸ਼ਾਹ ਨੇ ਕੀਤੀ ਹੈ, ਸ਼ਸਤਰਾਂ ਦੀ ਗੱਲ 6ਵੇਂ ਪਾਤਸ਼ਾਹ ਨੇ ਕੀਤੀ ਹੈ ਨਾ, ਸ਼ਸਤਰਾਂ ਦੀ ਗੱਲ ਬਾਬੇ ਤੋਂ ਹੀ ਸ਼ੁਰੂ ਹੋ ਗਈ ਹੈ ਸਮਝਣਾ। ਗੁਰੂ ਨਾਨਕ ਸਾਹਿਬ ਵੇਲੇ ਕੀ ਸੀ, ਇਸ ਦੇਸ਼ ਦੀ ਬਹੁਗਿਣਤੀ ਕਹਿੰਦੀ ਸੀ ਹਥਿਆਰ ਨੂੰ ਛੂਣਾ ਪਾਪ ਹੈ। ਤਿੰਨ ਚੀਜ਼ਾਂ ਲੁੱਟੀਆਂ ਜਾਂਦੀਆਂ ਸੀ, ਧਨ, ਜਵਾਨੀ ਤੇ ਧਾਰਮਿਕ ਸਥਾਨ, ਧਨ, ਜਵਾਨੀ ਤੇ ਧਾਰਮਿਕ ਸਥਾਨ। ਤੁਸੀਂ ਸਾਰੇ ਜਾਣਦੇ ਹੋ ਹਮਲਾਵਰ ਆਉਂਦੇ ਸੀ, ਜਦ ਉਹਨਾਂ ਦਾ ਮਨ ਕਰਦਾ ਹਿੰਦੁਸਤਾਨ ਤੇ ਹਮਲਾ ਕਰਦੇ, ਧਨ ਵੀ ਲੁੱਟਦੇ, ਬਹੁ ਬੇਟੀਆਂ ਨੂੰ ਵੀ ਚੁੱਕ ਕੇ ਲੈ ਜਾਂਦੇ ਔਰ ਧਾਰਮਿਕ ਸਥਾਨ ਵੀ ਲੁੱਟਦੇ। ਇਸ ਦੇਸ਼ ਦੀ ਬਹੁ ਗਿਣਤੀ ਵਿੱਚ ਜ਼ੋਰ ਹੀ ਨਹੀਂ ਸੀ, ਉਹ ਤੇ ਕਹਿੰਦਾ ਸੀ ਹਥਿਆਰ ਨੂੰ ਛੂਣਾ ਪਾਪ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸਜਣਾ ਮੈਂ ਦੋਨੋਂ ਵਿਚਾਰਧਾਰਾ ਦਵਾਂਗਾ, ਜੇ ਤੇ ਗੱਲ ਬਾਣੀ ਦੀ ਹੋਏਗੀ, ਜੇ ਤੇ ਗੱਲ ਕੀਰਤਨ ਦੀ ਹੋਏਗੀ ਨਾ, ਠੱਗਾਂ ਦੇ ਡੇਰੇ ਵੀ ਹੋਣਗੇ ਮੈਂ ਕੀਰਤਨ ਕਰਾਂਗਾ, ਜਾਦੂਗਰਾਂ ਦੇ ਅੱਡੇ ਤੇ ਜਾ ਕੇ ਵੀ ਮੈਂ ਕੀਰਤਨ ਕਰਾਂਗਾ, ਕਬਰਿਸਤਾਨ ਵਿੱਚ ਜਾ ਕੇ ਵੀ ਮੈਂ ਕੀਰਤਨ ਕਰਾਂਗਾ, ਜੇ ਤੇ ਕੀਰਤਨ ਦੀ ਗੱਲ ਹੋਏਗੀ ਵਿਚਾਰ ਦੀ। ਪਰ ਕੋਈ ਬਾਬਰ ਜੈਸਾ ਹਥਿਆਰ ਲੈ ਕੇ ਆਏਗਾ ਨਾ, ਫਿਰ ਮੇਰਾ ਸਿੱਖ ਕੀਰਤਨ ਨਹੀਂ ਕਰੇਗਾ, ਫਿਰ ਉਹ ਹਥਿਆਰ ਚੁੱਕੇਗਾ। ਬਾਬੇ ਨੇ ਹੀ ਹਥਿਆਰ ਦੀ ਗੱਲ ਸ਼ੁਰੂ ਕਰਤੀ ਸੀ, ਇੱਥੇ ਦੇਸ਼ ਦੇ ਵਾਸਨੀਕਾਂ ਨੂੰ ਕਿਹਾ ਉੱਠੋ ਉੱਠੋ ਬਾਬਰ ਆ ਰਿਹਾ ਅਹਿਮਦਾਬਾਦ। ਤੇ ਇਸ ਦੇਸ਼ ਦੇ ਮਹਾ ਬਹੁ ਗਿਣਤੀ ਹਿੰਦੂ ਵੀਰ ਕਹਿੰਦੇ ਮੰਦਿਰ ਵਿੱਚ ਪੰਡਿਤ ਬੈਠੇ ਹੈ, ਉਹ ਕਦ ਕੰਮ ਆਣਗੇ, ਉਹ ਮੰਤਰ ਮਾਰਨਗੇ। ਪਠਾਨ ਜੋ ਇਸ ਦੇਸ਼ ਦੇ ਮੂਲ ਨਿਵਾਸੀ ਸੀ, ਮਸੀਤਾਂ ਵਿੱਚ ਮੌਲਵੀ ਹੈ, ਉਹ ਮੰਤਰ ਮਾਰਨਗੇ ਬਾਬਰ ਨੇ ਕੀ ਲੁੱਟਣਾ, ਅਸੀਂ ਬਾਬਰ ਦੀ ਸੈਨਾ ਨੂੰ ਅੰਨਾ ਕਰ ਦਵਾਂਗੇ। ਬਾਣੀ ਵਿੱਚ ਹੈ, ਉਹ ਤਾਂ ਮੰਤਰਾਂ ਦੇ ਸਹਾਰੇ ਬੈਠੇ ਸੀ, ਹਜ਼ਾਰ ਕੁ ਬੰਦੇ ਲੈ ਕੇ ਬਾਬਰ ਆਇਆ
ਤੇ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਕਿਹਾ, ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ, ਆਸਾ ਹੱਥ ਕਿਤਾਬ ਕੱਛ, ਮੇਰੇ ਇੱਕ ਹੱਥ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਉਹ ਪਾਵਨ ਪੋਥੀ ਹੋਏਗੀ, ਦੂਸਰੇ ਹੱਥ ਵਿੱਚ ਡੰਡਾ ਹੋਏਗਾ। ਸ਼ਸਤਰਾਂ ਦੀ ਗੱਲ ਬਾਬੇ ਤੋਂ ਹੀ ਸ਼ੁਰੂ ਹੋ ਗਈ ਹੈ। ਆਣਾ ਮੈਂ ਹੋਲੇ ਮਹੱਲੇ ਤੇ ਹੈ, ਗੁਰੂ ਅੰਗਦ ਸਾਹਿਬ ਦੇ ਜੀਵਨ ਤੋਂ, ਫਿਰ ਮੀਰੀ ਪੀਰੀ ਦੇ ਮਾਲਕ, ਫਿਰ ਦਸਮ ਪਾਤਸ਼ਾਹ। ਗੁਰੂ ਅੰਗਦ ਸਾਹਿਬ ਕੋਲ ਇੱਕ ਸਿੱਖ ਆਇਆ, ਉਸ ਵਕਤ ਤੱਕ ਹਿੰਦੁਸਤਾਨ ਦਾ ਮੁਗਲ ਬਾਦਸ਼ਾਹ ਬਾਬਰ ਤੋਂ ਬਾਅਦ ਹਿਮਾਯੂ ਬਣ ਗਿਆ, ਤੇ ਉਸ ਸਿੱਖ ਨੇ ਆ ਕੇ ਮੱਥਾ ਟੇਕਿਆ, ਕਿਹਾ ਪਾਤਸ਼ਾਹ ਮੇਰੇ ਮਨ ਵਿੱਚ ਬੜੀ ਦੁਵਿਧਾ ਹੈ। ਕਬੀਰ ਸਾਹਿਬ ਨੇ ਬਾਣੀ ਵਿੱਚ ਲਿਖਿਆ, ਜਿਹੜਾ ਦੁਵਿਧਾ ਨਾ ਦੂਰ ਕਰੇ ਨਾ ਉਹਨੂੰ ਗੁਰੂ ਨਹੀਂ ਕਹਿਣਾ ਚਾਹੀਦਾ। ਕਿਹਾ ਦੱਸ ਬਈ ਕੀ ਦੁਵਿਧਾ ਹੈ? ਕਿਹਾ ਪਾਤਸ਼ਾਹ ਧਰਮ ਕਹਿੰਦਾ ਦਇਆ ਕਰਨੀ ਚਾਹੀਦੀ ਹੈ, ਧਰਮ ਦਾ ਮੂਲ ਹੈ ਦਇਆ ਕਰਨੀ ਚਾਹੀਦੀ ਹੈ, ਤੇ ਮੈਂ ਤੇ ਹਿਮਾਯੂ ਦੀ ਫੌਜ ਵਿੱਚ ਫੌਜੀ ਹਾਂ, ਹਰ ਦੂਸਰੇ ਤੀਸਰੇ ਦਿਨ ਮੈਂ ਬੰਦੇ ਨੂੰ ਗੋਲੀ ਮਾਰ ਦੇਣਾ, ਜਿਹੜੇ ਗਲਤ ਬੰਦੇ ਹੁੰਦੇ ਆ ਮੈਂ ਗੋਲੀ ਮਾਰਦਾ, ਤੇ ਧਰਮ ਕਹਿੰਦਾ ਤੂੰ ਤੇ ਧਰਮ ਕਮਾ ਹੀ ਨਹੀਂ ਸਕਦਾ, ਦੱਸੋ ਮੈਂ ਨੌਕਰੀ ਛੱਡ ਕੇ ਇੱਥੇ ਹੀ ਬਹਿ ਜਾਵਾਂ, ਸਮਝਣਾ ਮੈਂ ਨੌਕਰੀ ਛੱਡ ਕੇ ਇੱਥੇ ਹੀ ਬਹਿ ਜਾਵਾਂ, ਮੈਂ ਧਰਮ ਕਮਾਉਣਾ ਹੈ। ਗੁਰੂ ਅੰਗਦ ਸਾਹਿਬ ਦੇ ਜੀਵਨ ਤੋਂ ਪਤਾ ਚੱਲਦਾ ਸਿੱਖਾ ਤੂੰ ਧਰਮ ਹੀ ਕਮਾ ਰਿਹਾ। ਜਦ ਤੇਰੀ ਗੋਲੀ ਕਿਸੇ ਗਲਤ ਬੰਦੇ ਨੂੰ ਮਾਰੇਗੀ ਨਾ ਉਹ ਧਰਮ ਹੀ ਹੈ। ਹਾਂ, ਜਿਸ ਦਿਨ ਤੂੰ ਪਰਸਨਲ ਹੋ ਕੇ ਇਹਦੇ ਬੰਦੇ ਨਾਲ ਮੇਰੀ ਨਹੀਂ ਬਣਦੀ, ਇਹਨਾਂ ਬੰਦਿਆਂ ਨਾਲ ਮੈਂ ਇਹਨਾਂ ਨੂੰ ਚੜਾ ਦਵਾਂ, ਉਹ ਅਧਰਮ ਹੋਏਗਾ। ਵਕਤ ਆਇਆ ਮੀਰੀ ਪੀਰੀ ਦੇ ਮਾਲਕ, ਪਿਆਰ ਵਾਲਿਓ ਜਰਾ ਨਕਸ਼ਾ ਬਣਾਓ, ਦਰਬਾਰ ਸਾਹਿਬ ਇੱਕੋ ਕੰਪਲੈਕਸ ਵਿੱਚ, ਇੱਕੋ ਕੰਪਲੈਕਸ, ਸ਼੍ਰੀ ਦਰਬਾਰ ਸਾਹਿਬ ਵੀ ਹੈ, ਅਕਾਲ ਤਖਤ ਵੀ ਹੈ, ਨਿਸ਼ਾਨ ਸਾਹਿਬ, ਸਮਝਣਾ। ਅੱਜ ਤੇ ਉੱਚੀਆਂ ਬਿਲਡਿੰਗਾਂ ਬਣ ਗਈਆਂ, ਪੁਰਾਤਨ ਯਾਦ ਕਰੋ ਜਰਾ। ਨਿਸ਼ਾਨ ਸਾਹਿਬ ਉਹ ਜਿਹੜਾ, ਮੈਨੂੰ ਮਾਫੀ ਦੇਣਾ ਮੈਂ ਸ਼ਬਦ ਇਸਤੇਮਾਲ ਕਰ ਰਿਹਾ ਸਿਰਫ ਸਮਝਾਉਣ ਵਾਸਤੇ, ਮੇਰੀ ਭਾਵਨਾ ਉਹ ਨਹੀਂ ਹੈ, ਕੱਪੜਾ, ਬਾਕੀ ਉਹ ਕੱਪੜਾ ਨਹੀਂ ਹੈ ਪਰ ਸਮਝਣਾ, ਹਵਾ ਵਿੱਚ ਲਹਿਰਾ ਕੇ ਉਹ ਕੱਪੜਾ ਕੀ ਦੱਸਦਾ? ਤੈਨੂੰ ਰੋਟੀ ਚਾਹੀਦੀ ਹੈ ਇਸ ਘਰ ਵਿੱਚ ਮਿਲੇਗੀ, ਤੈਨੂੰ ਹੋਰ ਕੋਈ ਦੁਨਿਆਵੀ ਵਸਤੂ ਚਾਹੀਦੀ ਹੈ ਇਸ ਘਰ ਵਿੱਚ ਮਿਲੇਗੀ, ਤੈਨੂੰ ਮੰਜੀ ਬਿਸਤਰਾ ਵੀ ਮਿਲੇਗਾ, ਜੇ ਤੂੰ ਥੱਕ ਜਾਏਗਾ ਨਾ ਤੇਰੇ ਗੋਡੇ ਵੀ ਅਸੀਂ ਦਬਾਵਾਂਗੇ। ਇਹ ਪਰਨਾ ਦੱਸਦਾ ਉਹ ਕੱਪੜਾ, ਪਰ ਉੱਤੇ ਖੰਡਾ ਲੱਗਾ। ਉਹ ਕਹਿੰਦਾ ਜੇ ਤੂੰ ਕੀਰਤਨ ਸੁਣਨ ਆਏਗਾ ਤੇ ਕੀਰਤਨ ਸੁਣਾਵਾਂਗੇ, ਜੇ ਤੂੰ ਸਾਡੀ ਵਿਚਾਰਧਾਰਾ ਨੂੰ ਠੋਕਰ ਮਾਰੇਗਾ ਨਾ ਫਿਰ ਸਜਣਾ ਤੈਨੂੰ ਕੀਰਤਨ ਨਹੀਂ ਸੁਣਾਵਾਂਗੇ, ਫਿਰ ਤੇਰਾ ਮੁਕਾਬਲਾ ਹਥਿਆਰ ਨਾਲ ਕਰਾਂਗੇ। ਦੇਖੋ ਮੀਰੀ ਪੀਰੀ ਦੇ ਮਾਲਕ ਦੋ ਕਿਰਪਾਨਾਂ ਦਰਬਾਰ ਸਾਹਿਬ ਅੰਦਰ ਬਹਿ ਕੇ ਵੀ ਪਾ ਸਕਦੇ ਸੀ, ਅੰਦਰ ਬਹਿ ਕੇ ਵੀ, ਪਰ ਦਰਬਾਰ ਸਾਹਿਬ ਸਿੱਖ ਦੀ ਵਿਚਾਰਧਾਰਾ ਹੈ, ਉਹਦਾ ਰਾਖੀ ਕਰਨ ਵਾਲਾ ਅਕਾਲ ਤਖਤ ਬਾਹਰ ਹੈ, ਰਾਖੀ ਕਰਨ ਵਾਲਾ ਹਮੇਸ਼ਾ ਬਾਹਰ ਹੁੰਦਾ,
ਸਮਝਣਾ, ਸਿੱਖ ਅੰਦਰੋਂ ਦਰਬਾਰ ਸਾਹਿਬ ਦਾ ਪ੍ਰਤੀਕ ਹੈ, ਬਾਹਰੋਂ ਅਕਾਲ ਤਖਤ ਦਾ ਪ੍ਰਤੀਕ ਹੈ। ਸੰਤ ਵੀ ਹੈ ਔਰ ਸਿਪਾਹੀ ਵੀ ਹੈ। ਇੱਕ ਦਿਨ ਮੈਂ ਵਿਚਾਰ ਕਰਦਾ ਸੀ, ਨਜ਼ਦੀਕ ਗੁਰੂ ਘਰ ਹੈ, ਇੱਕ ਵੀਰ ਨੇ ਕਿਹਾ ਵੀਰ ਜੀ ਇੱਕ ਆਦਮੀ ਦਾ ਡਬਲ ਰੋਲ ਕਿਸ ਤਰ੍ਹਾਂ ਹੋ ਸਕਦਾ। ਉਹਨੇ ਸਵਾਲ ਕੀਤਾ ਡਬਲ ਰੋਲ, ਮੈਂ ਕਿਹਾ ਹੋ ਸਕਦਾ ਹੈ ਜੇ ਕੋਈ ਕੀਰਤਨ ਸੁਣਨ ਆ ਰਿਹਾ ਤੇ ਸੰਤ ਦੀ ਤਰ੍ਹਾਂ ਮਿਲਾਂਗੇ, ਪਰ ਜੇ ਕੋਈ ਵਿਚਾਰਧਾਰਾ ਤੇ ਠੋਕਰ ਮਾਰਨ ਆ ਰਿਹਾ ਨਾ, ਫਿਰ ਜਪਜੀ ਸਾਹਿਬ ਔਰ ਸੁਖਮਨੀ ਸਾਹਿਬ ਨਹੀਂ, ਫਿਰ ਹਥਿਆਰ ਤੇ ਹੱਥ ਪਾਵਾਂਗੇ, ਉਹਦਾ ਮੁਕਾਬਲਾ ਹਥਿਆਰ ਨਾਲ ਕਰਾਂਗੇ। ਕੜਾ ਪ੍ਰਸ਼ਾਦ, ਜੇ ਕੋਈ ਫਿਰ ਵੀ ਨਾ ਸਮਝੇ ਉਸ ਵੇਲੇ ਵੀ ਕਿਰਪਾਨ ਭੇਟ ਕੀਤੀ ਜਾਂਦੀ ਹੈ। ਇਸ ਘਰ ਵਿੱਚ ਬਹਿਣ ਵਾਲਿਆਂ ਨੂੰ ਕੱਲਾ ਮਾਲਾ ਜਪਣ ਮਾਲਾ ਪਕੜਨ ਵਾਲਾ ਨਾ ਸਮਝਣਾ, ਇਹ ਉਹ ਬੰਦੇ ਨਹੀਂ, ਇਹ ਗੁਰੂ ਨਾਨਕ ਸਾਹਿਬ ਦਾ ਧਰਮ ਹੈ, ਮੈਂ ਉਹ ਧਰਮ ਨਹੀਂ ਦਵਾਂਗਾ। ਬਾਬਾ ਰਾਜ ਆਏ ਤੇ ਮੇਰਾ ਬੰਦਾ ਮੰਦਿਰ ਵਿੱਚ ਬਹਿ ਕੇ ਮੰਤਰ ਪੜਦਾ ਹੋਵੇ। ਗੁਰੂ ਗੋਬਿੰਦ ਸਿੰਘ ਸਾਹਿਬ ਇਤਨੀ ਪਿਆਰੀ ਵਿਚਾਰ, ਪ੍ਰਹਿਲਾਦ ਵਾਲੀ ਇਤਨੀ ਪਿਆਰੀ ਵਿਚਾਰ, ਮੈਂ ਦੁਨੀਆ ਤੋਂ ਲੁਕੋ ਕੇ ਨਹੀਂ ਜਾਵਾਂਗਾ। 30 ਮਾਰਚ 1699 ਹੁਣੇ ਗੱਲ ਹੋ ਰਹੀ ਸੀ, ਆਫਿਸ ਵਿੱਚ ਬੈਠੇ ਸੀ ਬਾਰੀ ਸਾਹਿਬ ਨਾਲ, ਗੁਰਨਾਮ ਵੀਰ ਜੀ ਨਾਲ, ਬਈ ਕਈ 3-4-5 ਵਾਰੀ 14 ਅਪ੍ਰੈਲ ਨੂੰ ਆਇਆ, ਫਿਰ ਐਤਕੀ 13 ਹੈ ਜੀ, ਐਤਕੀ ਜੋ ਖਾਲਸਾ ਸਿਰਜਣਾ ਦਿਵਸ ਹੈ ਉਹ 13 ਹੈ, ਗੱਲ ਹੋ ਰਹੀ ਸੀ। ਪਰ ਕਿਤਾਬਾਂ ਵਿੱਚ ਜੋ ਪੁਰਾਤਨ ਤਰੀਕਾ ਮਿਲਦੀਆਂ ਉਹ 30 ਮਾਰਚ 1699 ਹੈ। ਸ਼ਸਤਰਧਾਰੀ ਕਰਤਾ ਸਿੱਖ ਨੂੰ ਹਲਕਾ ਜਿਹਾ ਮੈਂ ਜੋੜ ਰਿਹਾ ਅੱਜ ਦੇ ਨਾਲ, ਤੁਸੀਂ ਵੀ ਕਈ ਵਾਰ ਸ਼ਨੀਵਾਰ ਸ਼ਾਮ ਨੂੰ ਜਾਂਦੇ ਹੋਵੋਗੇ, ਮੈਂ ਵੀ ਕਈ ਵਾਰ ਜਾਂਦਾ, ਬੇਟੀ ਕਹਿੰਦੀ ਪਾਪਾ ਚਲੋ ਰੋਜ਼ ਗੁਰਦੁਆਰੇ, ਕਿਸੇ ਦਿਨ ਮਾਰਕੀਟ ਵੀ ਲੈ ਚਲੋ, ਰੋਜ਼ ਲੰਗਰ ਖਿਲਾ ਦਿੱਤੇ ਹੋ, ਕਿਸੇ ਦਿਨ ਬੀਕਾਨੇਰ, ਹੈਂਜੀ ਬੱਚੇ ਕਹਿੰਦੇ, ਉਹਨਾਂ ਦੀ ਗੱਲ ਵੀ ਮੰਨਣੀ, ਤੇ ਸੁਭਾਸ਼ ਨਗਰ ਪੈਸੀਫਿਕ ਮਾਲ ਹੈਂਜੀ ਬਹੁਤ ਨਜ਼ਦੀਕ, ਕਈ ਵਾਰ ਅਸੀਂ ਜਾਂਦੇ ਨਾ ਉਹ ਨੀਲੇ ਕੱਪੜੇ ਵਾਲੇ। ਮੈਂ ਹੋਲਾ ਮਹੱਲੇ ਨੂੰ ਜੋੜਨ ਲੱਗਾ ਅੱਜ ਦੇ ਪਰਿਪੇਖੀ, ਉਹ ਨੀਲੇ ਕੱਪੜੇ ਵਾਲੇ ਰੈਪਿਡ ਐਕਸ਼ਨ ਫੋਰਸ ਰੱਸੀਆਂ ਲਾ ਕੇ ਖੜੇ ਹੁੰਦੇ, ਤੇ ਬੇਟੀ ਜਾਂ ਬੱਚਾ ਕਹਿੰਦਾ ਪਾਪਾ ਚਲੋ ਘਰ, ਅਬ ਘਰ ਚਲੋ ਰੋਟੀ ਘਰ ਹੀ ਖਾ ਲੇਂਗੇ, ਤੇ ਅਸੀਂ ਪੁੱਛਦੇ ਉਹਦੇ ਕੋਲ ਸਰ ਜੀ ਸਰ ਕੁਛ ਅਨਹੋਨੀ ਹੋ ਗਈ ਹੈ, ਉਹ ਕਹਿੰਦਾ ਨਹੀਂ ਸਰਦਾਰ ਸਾਹਿਬ ਡਰਨੇ ਕੀ ਬਾਤ ਨਹੀਂ, ਅਨਹੋਨੀ ਨਾ ਹੋ ਇਸਕੇ ਲਈ ਮੌਕ ਡਰਿਲ ਹੋ ਰਹੀ ਹੈ। ਮੌਕ ਡਰਿਲ ਸਮਝ ਗਏ, ਮੌਕ ਡਰਿਲ, ਆਪਣੇ ਹੀ ਬੰਦਿਆਂ ਨੂੰ ਰੈਪਿਡ ਐਕਸ਼ਨ ਵਾਲੇ ਕਹਿੰਦੇ ਆਪਣੇ ਹੀ ਬੰਦਿਆਂ ਨੂੰ ਇਸ ਤਰ੍ਹਾਂ ਪ੍ਰੋਜੈਕਟ ਕਰਦੇ ਆ, ਕੱਲ ਕੋਈ ਗਲਤ ਬੰਦੇ ਆ ਗਏ ਸਾਡੇ ਬੰਦੇ ਦੀ ਪ੍ਰੈਕਟਿਸ ਕਰਾ ਰਹੇ ਆ, ਬਸ ਮੈਨੂੰ ਆਪਣਾ ਪੈਗੰਬਰ ਗੁਰੂ ਗੋਬਿੰਦ ਸਿੰਘ ਸਾਹਿਬ ਯਾਦ ਆ ਗਿਆ। 30 ਮਾਰਚ 1699 ਸ਼ਸਤਰ ਤੇ ਪਵਾ ਦਿੱਤੇ, ਪਰ ਦਿਨ ਅੱਜ ਦਾ ਚੁਣਿਆ ਮਹੱਲਾ, ਮੈਂ 5 ਮਿੰਟ ਹੋਰ ਫਿਰ ਇਸ ਵਿਚਾਰ ਨੂੰ ਸੰਕੋਚਾਂਗੇ, ਬਈ ਹੋਲਾ ਮਹੱਲਾ ਕਿਉਂ, ਇਤਨੀ ਪਿਆਰੀ ਵਿਚਾਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਮੈਂ ਐਵੇਂ ਹੀ ਕੱਟ ਦਾਂਗਾ, ਹਰ ਨਾਕਸ਼ ਮੇਰੇ ਪ੍ਰਹਿਲਾਦ ਨੂੰ ਤੂੰ ਅੱਗ ਵਿੱਚ ਨਹੀਂ ਜਲਾ ਸਕਦਾ। ਮੇਰੇ ਇੱਕ ਵਿਚਾਰ ਸਮਝਣਾ, ਪ੍ਰਹਿਲਾਦ ਇੱਕ ਬਿਰਤੀ ਹੈ, ਹਰਨਾਕਸ਼ ਇੱਕ ਬਿਰਤੀ ਹੈ, ਜਿਹੜਾ ਜ਼ੁਲਮ ਕਰੇਗਾ ਉਹ ਹਰਨਾਕਸ਼ ਹੈ,
ਭਾਵੇਂ ਜ਼ਕਰੀਆ ਖਾਨ ਹੋਏ, ਭਾਵੇਂ ਅਹਿਮਦ ਸ਼ਾਹ ਅਬਦਾਲੀ ਹੋਏ, ਤੇ ਭਾਵੇਂ ਆਜ਼ਾਦ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਜਿਹੜਾ ਦਰਬਾਰ ਸਾਹਿਬ ਟੈਂਕ ਲੈ ਕੇ ਆਉਂਦਾ, ਉਹ ਵੀ ਅਰਨਾਕਸ਼ ਹੈ। ਤੇ ਮੇਰੇ ਪ੍ਰਹਿਲਾਦ ਨੂੰ ਤੂੰ ਅੱਗ ਵਿੱਚ ਨਹੀਂ ਜਲਾ ਪਾਏਗਾ, ਮੇਰਾ ਪ੍ਰਹਿਲਾਦ ਪਹਿਲੇ ਤੇਰੇ ਨਾਲ ਵਿਚਾਰ ਕਰੇਗਾ। ਜੇ ਤੂੰ ਨਹੀਂ ਸਮਝੇਗਾ ਤੇ ਮੈਂ ਪ੍ਰਹਿਲਾਦ ਨੂੰ ਇਤਨਾ ਸ਼ਕਤੀਸ਼ਾਲੀ ਬਣਾ ਦਾਂਗਾ, ਉਹ ਤੇਰੇ ਹਥਿਆਰ ਦਾ ਮੁਕਾਬਲਾ ਹਥਿਆਰ ਨਾਲ ਕਰੇਗਾ। ਹੋਲਾ ਮਹੱਲਾ 1700 ਵਿੱਚ ਲੋਹਗੜ ਕਿਲ੍ਹਾ ਦੋ ਟੁਕੜੀਆਂ ਬਣਾਈਆਂ, ਇੱਕ ਨੂੰ ਕਿਹਾ ਤੁਸੀਂ ਕਿਲ੍ਹੇ ਦੀ ਰਾਖੀ ਕਰਨੀ ਹੈ, ਇੱਕ ਨੇ ਹੱਲਾ ਕਰਨਾ। ਜਦ ਪਹਿਲੀ ਵਾਰ ਹੋਲਾ ਮਹੱਲਾ ਮਨਾਇਆ ਜਾਂਦਾ ਸੀ ਨਾ, 7 ਦਿਨ ਦਾ ਦੀਵਾਨ ਸਜਦਾ ਸੀ। ਮਾਫੀ ਦੇਣਾ, ਅੱਜ ਤੇ ਅਸੀਂ ਆਪਣੇ ਸਾਰੇ ਤਿਉਹਾਰ ਲੰਗਰ ਦੀ ਭੇਟ ਕਰ ਰੱਖੇ ਹੈ, ਮੈਂ ਵੀ ਉਸੇ ਵਿੱਚ ਸ਼ਾਮਲ ਹਾਂ। ਨਹੀਂ ਦੱਸ ਪਾਏ 14 ਤਰੀਕ ਸੀ ਨਾ, 14 ਅਕਾਲੀ ਬਾਬਾ ਫੂਲਾ ਸਿੰਘ ਦਾ ਸ਼ਹਾਦਤ ਦਿਹਾੜਾ ਸੀ। 13 ਤਰੀਕ, ਜਿਹੜੀ 13 ਤਰੀਕ ਬੀਤੀ ਨਾ, ਸ਼ਹੀਦ ਊਧਮ ਸਿੰਘ ਨੇ ਲੰਡਨ ਵਿੱਚ ਜਾ ਕੇ ਮਾਈਕਲ ਓ ਡਾਇਰ ਨੂੰ ਮਾਰਿਆ ਸੀ। 10 ਤਰੀਕ, ਮੈਂ ਮਾਰਚ ਦੀ ਗੱਲ ਕਰ ਰਿਹਾ, ਜ਼ਿਆਦਾ ਨਹੀਂ ਜਾ ਰਿਹਾ, ਕਿਸੇ ਨੇ ਕਹਿਣਾ ਹੁਣ ਬੈਠਾ ਤੇ ਸ਼ੁਰੂ ਹੀ ਹੋ ਗਿਆ, ਮੈਂ ਸਿਰਫ ਮਾਰਚ ਦੀ ਗੱਲ ਕਰ ਰਿਹਾ। 10 ਤਰੀਕ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਜਨਮ ਦਿਹਾੜਾ ਸੀ। ਆਪਣੇ ਗਿਰੇਬਾਨ ਵਿੱਚ ਜਰਾ ਝਾਤ ਮਾਰੋ, ਕਿਹਨਾਂ ਨੇ ਉਸ ਦਿਨ ਭਾਈ ਮਨੀ ਸਿੰਘ ਨੂੰ ਯਾਦ ਕੀਤਾ? 10 ਮਾਰਚ 1644, ਜ਼ਿਲ੍ਹਾ ਮੁਜ਼ੱਫਰਗੜ੍ਹ ਅਲੀਪੁਰ ਅੱਜ ਦਾ ਪਾਕਿਸਤਾਨ। ਲਿਖਾਰੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਬਾ ਗੁਰਦਾਸ ਨਹੀਂ ਹੈ, ਭਾਈ ਮਨੀ ਸਿੰਘ। ਖੈਰ ਆਪਣੇ ਵਿਸ਼ੇ ਤੇ ਰਹੀਏ, ਫਿਰ ਸਭਾ ਵੀ ਨਿਕਲ ਰਿਹਾ। ਪਹਿਲੇ ਢਾਡੀਆਂ ਰਾਹੀਂ ਵਾਰਾਂ ਗਾਈਆਂ ਜਾਂਦੀਆਂ ਸੀ, ਦੱਸਿਆ ਜਾਂਦਾ ਸੀ ਪ੍ਰਹਿਲਾਦ ਕੌਣ ਹੈ। ਫਿਰ ਪਿਆਰ ਵਾਲਿਓ ਦੋ ਜੱਥੇ ਬਣਾ ਕੇ ਲੋਹਗੜ੍ਹ, ਮੈਂ ਇੱਕ ਬੇਨਤੀ ਕਰਾਂ, ਗੁਰੂ ਨੇ ਜਦ ਵੀ ਬਣਾਇਆ ਲੋਹਗੜ੍ਹ ਬਣਾਇਆ, ਗੁਰੂ ਨੇ ਗੁਰਦੁਆਰਿਆਂ ਨੂੰ ਸੋਨਾ ਨਹੀਂ ਲਗਾਇਆ, ਬੱਚਿਆਂ ਨੂੰ ਸੋਨੇ ਵਰਗਾ ਬਣਾਇਆ। ਗੁੱਸਾ ਨਹੀਂ ਕਰਨਾ, ਪਹਿਲੇ ਪੱਖੇ ਸੀ, ਫਿਰ ਕੂਲਰ ਆਏ, ਅੱਜ ਤੇ ਜੋੜੇ ਘਰ ਏਸੀ ਹੋ ਗਏ, ਇਹ ਇਨਫਰਾਸਟ੍ਰਕਚਰ ਹੈ, ਇਹ ਬਣਾਉਣਾ ਹੈ। ਪਰ ਪਿਆਰ ਵਾਲਿਓ ਗੁਰਦੁਆਰੇ ਨੂੰ ਸੋਨਾ ਲਗਾ ਕੇ ਕੀ ਸਿੱਖੀ ਦਾ ਪ੍ਰਚਾਰ ਹੋ ਰਿਹਾ? ਕਥਾ ਤੋਂ ਬਾਅਦ ਜੇ ਕਿਸੇ ਦਾ ਸਵਾਲ ਹੋਏ ਮੈਨੂੰ ਦੱਸਣਾ ਕਿ ਸੋਨਾ ਲਗਾ ਕੇ ਕੋਈ ਸਿੱਖੀ ਦਾ ਪ੍ਰਚਾਰ ਹੁੰਦਾ ਨਾ, ਇਹ ਤੇ ਫਜ਼ੂਲ ਹੈ। ਬੱਚਿਆਂ ਦੀ ਪੜ੍ਹਾਈ ਕਰਾ ਲਓ, ਬੱਚਿਆਂ ਦੀ ਵਿਆਹ ਕਰਾ ਲਓ। ਪੰਜਾਬ ਵਿੱਚ ਅੱਜ ਕਈ ਗਰੀਬ ਪਰਿਵਾਰ ਹੈ। ਖੈਰ ਦੋ ਜੱਥੇ ਬਣਾਉਣੇ, ਫਿਰ ਇੱਕ ਨੇ ਹਮਲਾ ਕਰਨਾ, ਕਦੀ ਕਿਸੇ ਨੇ ਜਿੱਤ ਜਾਣਾ, ਕਦੀ ਕਿਸੇ ਨੇ ਜਿੱਤ ਜਾਣਾ। ਆਖਰੀ ਦਿਨ ਸਾਰਿਆਂ ਨੂੰ ਕਰਤੱਵ ਦਿਖਾਉਣ ਦਾ ਮੌਕਾ ਦੇਣਾ, ਤਾਂ ਕਿ ਕਿਸੇ ਦੇ ਮਨ ਵਿੱਚ ਨਾ ਰਹੇ ਬਈ ਮੈਨੂੰ ਚਾਂਸ ਨਹੀਂ ਮਿਲਿਆ। ਇਹ ਹੋਲਾ ਮਹੱਲਾ ਸੀ। ਸਮਾਂ ਇਜਾਜ਼ਤ ਨਹੀਂ ਦਿੰਦਾ ਪਿਆਰ ਵਾਲਿਓ, ਗੁਰੂ ਨੇ ਸ਼ਸਤਰ ਦਿੱਤੇ ਪਰ ਬਿਨਾਂ ਵਿਚਾਰ ਦੇ ਨਹੀਂ ਦਿੱਤੇ, ਪਹਿਲੇ ਵਿਚਾਰ ਦਿੱਤੀ ਫਿਰ ਹਥਿਆਰ ਦਿੱਤਾ। ਪਿਆਰ ਵਾਲਿਓ ਸਮਾਂ ਬਿਲਕੁਲ ਇਜਾਜ਼ਤ ਨਹੀਂ ਦਿੰਦਾ, ਅੱਗੇ ਹੀ 15 ਮਿੰਟ ਲੇਟ ਸੀ, ਫਿਰ ਹੋਰ ਵੀ ਕਈ ਕੰਮ ਹੁੰਦੇ ਹੈ ਸਾਰੇ ਪਰਿਵਾਰ ਵਾਲੇ ਆ। ਇੱਕ ਵਾਰ ਸਮੂਹ ਗੁਰੂ ਨਾਨਕ ਨਾਮ ਲੇਵਾ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ।
ਪਰ ਇਹ ਮੁਬਾਰਕਾਂ ਤਾਂ ਹੀ ਹੈ ਜੇ ਅਸੀਂ ਲੋਕਾਈ ਦੀ ਤਰ੍ਹਾਂ ਲਾਲ ਪੀਲਾ ਰੰਗ ਨਹੀਂ ਗੁਰੂ ਘਰ ਵਿੱਚ ਆ ਕੇ ਆਪਣੇ ਪ੍ਰਹਿਲਾਦ ਨੂੰ ਯਾਦ ਕਰਨਾ ਔਰ ਸ਼ਸਤਰਾਂ ਦੇ ਕਰਤੱਵ ਜਿੱਥੇ ਵੀ ਗੁਰੂ ਘਰ ਹੈ ਜੇ ਉੱਥੇ ਗੱਤਕਾ ਸਿਖਾਇਆ ਜਾਂਦਾ ਹੈ ਆਪਣੇ ਬੱਚਿਆਂ ਨੂੰ ਭੇਜਣਾ ਤਾਂ ਹੋਲੇ ਮਹੱਲੇ ਦੀ ਮੁਬਾਰਕਾਂ ਹੈ ਫਿਰ ਇੱਕ ਵਾਰ ਸਮੂਹ ਗੁਰੂ ਨਾਨਕ ਨਾਮ ਲੇਵਾ ਨੂੰ ਹੋਲੇ ਮਹੱਲੇ ਦੀਆਂ ਮੁਬਾਰਕਾਂ ਬਾਕੀ ਲੋਕਾਈ ਦੀ ਹੋਲੀ ਹੈ ਸਾਨੂੰ ਸਾਡੇ ਪੈਗੰਬਰ ਨੇ ਹੋਲਾ ਮਹੱਲਾ ਮਨਾਉਣ ਦਾ ਹੁਕਮ ਕੀਤਾ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਦਾ ਧੰਨਵਾਦ ਸਾਰੇ ਸ਼ਬਦੀ ਜਥੇ ਦਾ ਧੰਨਵਾਦ ਇਸ ਗੁਰੂ ਘਰ ਦੇ ਸਾਰੇ ਸਟਾਫ ਦਾ ਧੰਨਵਾਦ ਆਪ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਚਾਰ ਕਰਦੇ ਹੋਏ ਇੱਕ ਨਹੀਂ ਅਨੇਕ ਗਲਤੀਆਂ ਕਰ ਗਿਆ ਹੋਵਾਂਗਾ ਗਲਤੀਆਂ ਨਾ ਚਿਤਾਰਨਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣੇ ਆਈਆਂ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੋ ਮਨ ਮੇਰੇ ਦੁੱਖ ਸਭ ਵਿਸਾਰਨਾ ਸਭਨਾ ਗਲਾਂ ਸਮਰਤ ਸੁਆਮੇ ਸੋ ਕਿਉਂ ਮਨੋ ਵਿਸਾਰੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰ ਕਰ ਸ਼ਾਂਤ ਸੁਖ ਮਨ ਵਸਿਆ ਜਿਨੀ ਸ਼ਾਹ ਸਭ ਪੁਜਾਈਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਜਦੋਂ ਤਦੋਂ ਵਸ ਕੀਤੇ ਕਾਲ ਕੰਟਕ ਮਾਰਿਆ ਕਹੇ ਨਾਨਕ ਤੈਂ ਸੁਖ ਹੋਆ ਤਿਦਗਰ ਅਨਹਦ ਵਾਜੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੋਰੇ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋਕ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੋਰ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੇ ਨਾਲ
ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਆ ਬੋਲਾਂ ਜੀ ਵਾਹਿਗੁਰੂ। ਅਰਦਾਸ ਇੱਕ ਓਂਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਈ ਵਾਰ। ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਹੇ ਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਈ, ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਰਿਠੇ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰਿਐ, ਘਰ ਨੋ ਨਿਧ ਆਵੈ ਧਾਏ, ਸਭ ਥਾਈ ਹੋਈ ਸਹਾਇ। ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸਭ ਥਾਈ ਹੋਈ ਸਹਾਇ। ਦਸਾਂ ਪਾਤਸ਼ਾਹ ਜੀ ਜੋਤ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਕਵਾਹੀ, ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ, ਸਿਦਕਵਾਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੀ ਸੀਸ ਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਈ ਗਈ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਂ ਹਰਿ ਸ਼ਰ ਦੇਖ ਤੇ ਫਤਿਹ ਬਿਰਧ ਕੀ ਪੈ, ਪੰਥ ਕੇ ਜੇ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ
ਦਰਸ਼ਨ ਇਸ਼ਨਾ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਕਾ ਰੱਖਾ ਆਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਸਰਬ ਸਮੂਹ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਕੇ ਤਾਣ ਨੇ ਉੱਟਿਆਂ ਕੀ ਓਟ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰ ਜੀ ਹੋਲੀ ਕੀਨੀ ਸੰਤ ਸੇ ਰੰਗ ਲਾਗਾ ਅਤ ਲਾਲ ਦੇਵ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡਭਾਗਾ ਮਹਿਲਾ ਕਦੇ ਨਾ ਹੋਵੇ ਨਹਿ ਲਾਗਿਆ ਦਾਗਾ ਮਹਾਂਬਾਕਾ ਅਨੁਸਾਰ ਸਤਿਗੁਰੂ ਜੀਓ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਸਤਿਗੁਰੂ ਜੀ ਆਪ ਜੀ ਦਾ ਓਟ ਆਸਰਾ ਲੈ ਕੇ ਸਿੱਖ ਸੰਗਤਾਂ ਵੱਲੋਂ ਹੋਲੇ ਮਹੱਲੇ ਦੇ ਦਿਵਸ ਨੂੰ ਮਨਾਉਂਦੀਆਂ ਹੋਈਆਂ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਦੀਵਾਨ ਆਰੰਭ ਹੋਏ ਸਨ ਸਤਿਗੁਰੂ ਜੀ ਪਾਵਨ ਹਜ਼ੂਰੀ ਅੰਦਰ ਸ਼ਬਦ ਗੁਰਬਾਣੀ ਦੇ ਇਲਾਹੀ ਕੀਰਤਨ ਸ਼ਬਦ ਵਿਚਾਰਾਂ ਇਤਿਹਾਸਕ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਬਾਣੀ ਦੀ ਜਾਪ ਹੋਏ ਆਪ ਜੀ ਦੀ ਅਗਾਧ ਬੋਧ ਬਾਣੀ ਗਾਇਨ ਕਰਦਿਆਂ ਆਪ ਜੀ ਦੇ ਬੱਚਿਆਂ ਕੋਲੋਂ ਬਾਣੀ ਦਾ ਉਚਾਰਨ ਕਰਦਿਆਂ ਇਤਿਹਾਸਕ ਪੱਖ 'ਤੇ ਬੋਲਦਿਆਂ ਸਤਿਗੁਰੂ ਜੀ ਬੇਅੰਤ ਭੁੱਲਾਂ ਹੋਈਆਂ ਖਿਮਾ ਕਰਨਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਬਾਣੀ ਦਾ ਪ੍ਰਭਾਵ ਬਾਣੀ ਦਾ ਫਲਾਦੇਸ਼ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਵਿਖੇ ਵਸਾਉਣਾ ਆਪਣੇ ਦਰੋ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਚਰਨਾਂ ਦਾ ਪਿਆਰ ਅੰਮ੍ਰਿਤ ਵੇਲੇ ਦੀਆਂ ਦਾਤਾਂ ਨਿਤਨੇਮ ਬਾਣੀ ਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨਾ ਸੰਗਤ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਸਹਿਣਸ਼ੀਲਤਾ ਬਖਸ਼ਿਸ਼ ਕਰਨਾ ਸੰਗਤਾਂ ਦੇ ਸੀਸ ਆਪਣਾ ਮਿਹਰ ਬਖਸ਼ਿਸ਼ਾਂ ਰਹਿਮਤਾਂ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਸੰਗਤ ਦੀ ਹਾਜ਼ਰੀ ਧਰਤੀ ਪ੍ਰਵਾਨ ਕਰਨਾ ਕਦਮ ਕਦਮ ਲਿਖੀ ਵਿੱਚ ਲਾਉਣਾ ਬਿਣ ਬੋਲਿਆ ਸਭ ਕੁਛ ਜਾਣਦਾ ਕਿਸ ਆਗੈ ਕੀਚੈ ਅਰਦਾਸ ਸਤਿਗੁਰੂ ਜੀਓ ਬੇਅੰਤ ਗੁਰਮੁਖ ਪਿਆਰਿਆਂ ਵੱਲੋਂ ਅਰਦਾਸਾਂ ਬੇਨਤੀਆਂ ਭੇਟਾਵਾਂ ਧਰਤੀ ਪ੍ਰਵਾਨ ਕਰਨੀਆਂ ਮਨ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਸਮੂਹ ਪ੍ਰਬੰਧਕ ਕਮੇਟੀ ਨੂੰ ਸਤਿਗੁਰੂ ਜੀਓ ਅਗਾਹਾਂ ਆਉਣ ਵਾਲੇ ਗੁਰਪੁਰਬ ਮਨਾਉਣ ਦੀ ਸਮਰੱਥਾ ਬਖਸ਼ਿਸ਼ ਕਰਨਾ ਸੀਸ ਤੇ ਮਿਹਰ ਬਖਸ਼ਿਸ਼ਾਂ ਰਹਿਮਤਾਂ ਭਰਿਆ ਹੱਥ ਰੱਖਣਾ ਸਤਿਗੁਰੂ ਜੀਓ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ
ਕੜਾ ਪ੍ਰਸ਼ਾਦੀ ਦੇ ਗੁਰੂ ਕੇ ਲੰਗਰ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਲੰਗਰ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸੁਖ ਹੋਵੇ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਵਹੀ ਅਕਾਲ ਕੇ, ਸਭ ਸਿਖਨ ਕੋ ਹੁਕਮ ਹੈ, ਗੁਰੂ ਗ੍ਰੰਥ ਦੇ ਮਾਨਿਓ, ਜੋ ਪ੍ਰਭ ਕੋ ਮਿਲ ਵੋਚ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ, ਠੇਕਰ ਹੋਰ ਦਲੇਸ ਸਿਰ, ਤੇਗ ਬਹਾਦਰ ਸੀ ਕਿਰਿਆ, ਤੇਗ ਬਹਾਦਰ ਕੇ ਚਲਤ ਹੈ 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 ਸਭ ਜਗ ਵਯੋ, ਹੈ 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 ਸਭ ਜਗ ਵਯੋ। ਬੋਲੇ ਸੋਨਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿਬੰ ਗੁਰ ਪ੍ਰਸਾ ਏਕੋ ਅੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੂਨੀ, ਵਾਹਿਗੁਰੂ 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 ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਜਾਂ ਕੋ ਹਰ ਰੰਗ ਲਾਗੂ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂਕੈ, ਜਾਂ ਕਾ ਸਤਿਗੁਰ ਪੂਰਾ ਸੋ ਕਉ ਹਟਲ ਗੁਰ ਸੇਵਿਆ, ਐਨ ਸਹਿਜ ਸੁਭਾਈ
ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਿਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਨਹਿ ਉਪਾਇਆ ਪਾਈ ਕਰਨ ਕਰਨ ਸਮਰੱਥ ਜਿਉ ਪਿੰਡ ਜਿਨ ਸਾਜ ਅਪਾਈ ਦੇ ਕਰ ਆਪਣੀ ਵੱਥ ਸਭ ਜਗ ਜਨਹਿ ਉਪਾਇਆ ਪਾਈ ਕਰਨ ਕਰਨ ਸਮਰੱਥ ਜਿਉ ਪਿੰਡ ਜਿਨ ਸਾਜ ਅਪਾਈ ਦੇ ਕਰ ਆਪਣੀ ਵੱਥ ਕਿਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਥ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਰਹੋ ਜਾਂ ਕੇ ਘਰ ਸਭ ਕਿਛ ਹੈ ਭਾਈ ਨੌ ਨਿਧ ਭਰੇ ਭੰਡਾਰ ਤਿਸ ਕੀ ਕੀਮਤ ਨਾ ਪਵੇ ਭਾਈ ਉੱਚਾ ਅਗਮ ਅਪਾਰ ਜੀ ਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਪੇਟੀਐ ਭਾਈ ਸ਼ਬਦ ਮਿਲਾਵਣਹਾਰ ਸੱਚੇ ਚਰਨ ਸਰੇ ਵੀ ਹੈ ਭਾਈ ਭ੍ਰਮ ਪਉ ਹੋਵੇ ਨਾਸ ਮਿਲ ਸੰਤ ਸਵਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਪਾਈ ਕਮਲ ਹੋਵੇ ਪਰਗਾਸ ਗੁਰਵਚਨੀ ਸੁਖ ਉਪਜੈ ਪਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋੜੀਐ ਪਾਈ ਹੋਈਐ ਸਭ ਕੀ ਧੂਰ ਘਟ ਘਟ ਬ੍ਰਹਮ ਪਸਾਰਿਆ ਪਾਈ
ਵੇਖੈ ਸੁਣੈ ਹਜ਼ੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਐ ਚੂਰ ਕਰਨ ਕਰਾਵਨ ਸਮਰਥੋ ਪਾਈ ਸਰਵ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਹ ਵਿਨਾਸ਼ ਤਿਸ ਪਾਵੇ ਤਾਂ ਮੇਲ ਲੈ ਪਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪਰਗਾਸੀਐ ਪਾਈ ਹਿਰਦੈ ਹੋਵੇ ਪਰਗਾਸ ਪ੍ਰਗਟ ਪਿਆ ਪ੍ਰਤਾਪ ਪ੍ਰਭ ਪਾਈ ਮੌਲਿਆ ਧਰਤ ਆਕਾਸ਼ ਗੁਰ ਪੂਰੈ ਸੰਤੋਖਿਆ ਪਾਈ ਐਨ ਸਲਾਗਾ ਪਾਓ ਰਸਨਾ ਰਾਮ ਰਵੈ ਸਦਾ ਪਾਈ ਸਾਚਾ ਸਾਧ ਸੁਆ ਕਰਣੀ ਸੁਣ ਸੁਣ ਜੀਵਿਆ ਪਾਈ ਨਿਹਚੁਲ ਪਾਇਆ ਥਾਓ ਜਿਸ ਪਰ ਤੀਤ ਨਾ ਆਵੇ ਪਾਈ ਸੋ ਜੀਅੜਾ ਜਲ ਜਾ ਬਹੁ ਗੁਣ ਮੇਰੇ ਸਾਹਿਬੇ ਪਾਈ ਹਉ ਤਿਸ ਕੈ ਵਲ ਜਾਓ ਉਹ ਨਿਰਗੁਣ ਆਰੇ ਪਾਲ ਦਾ ਪਾਈ ਦੇ ਨਿਧਾਵੇ ਥਾ ਰਿਜਕ ਸੰਭਾਹੇ ਸਾਸ ਸਾਸ ਪਾਈ ਗੂੜਾ ਜਾ ਕਾ ਨਾਉ ਜਿਸ ਗੁਰ ਸਾਚਾ ਭੇਟੀਐ ਪਾਈ ਪੂਰਾ ਤਿਸ ਕਰਮਾ ਤਿਸ ਵਿਨ ਘੜੀ ਨਾ ਜੀਵੀਐ ਪਾਈ ਸਰਵ ਕਲਾ ਭਰਪੂਰ ਸਾਸ ਗਿਰਾਸ ਨ ਵਿਸਰੈ ਪਾਈ ਵੇਖੋ ਸਦਾ ਹਜ਼ੂਰ ਸਾਧੂ ਸੰਗ ਮਿਲਾਇਆ ਪਾਈ ਸਰਵ ਰਿਹਾ ਭਰਪੂਰ ਜਿਨ੍ਹਾਂ ਪ੍ਰੀਤ ਨ ਲੱਗੀਆਂ ਪਾਈ ਸੇ ਨਿਤ ਨਿਤ ਮਰਦੇ ਚੋਰ ਅੰਚਲ ਲਾਏ ਤਰਾਇਆ ਪਾਈ ਭਉ ਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਪਾਈ ਕਿਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਪਾਈ ਭੋਜਨ ਨਾਮ ਆਧਾਰ ਨਾਨਕ ਤਿਸ ਸਰਣਾਗਤੀ ਪਾਈ ਜੇ ਕਿਲ ਵਿਖ ਕਾਟਣ ਹਾਰ ਮਨ ਤਨ ਸੀਤਲ ਹੋਇਆ ਪਾਈ ਭੋਜਨ ਨਾਮ ਆਧਾਰ ਨਾਨਕ ਤਿਸ ਸਰਣਾਗਤੀ ਪਾਈ ਜੇ ਕਿਲ ਵਿਖ ਕਾਟਣ ਹਾਰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਿਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਭ ਜਗ ਜਿਨ ਹੈ ਉਹ ਪਾਇਆ ਭਾਈ, ਕਰਨ ਕਾਰਨ ਸਮਰੱਥ, ਜੀਉ ਪਿੰਡ ਜਿਨ ਸਾਜਿਆ ਭਾਈ, ਦੀ ਕਰ ਆਪਣੀ ਬਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸਤ ਸੰਗਤ ਨੂੰ ਅੱਜ ਦੇ ਮਹਾਨ ਪੁਰਬ ਹੋਲਾ ਮਹੱਲਾ ਦਿਵਸ ਮਨਾਉਣ ਦੀਆਂ ਲੱਖ ਲੱਖ ਵਧਾਈਆਂ ਹੋਣ। ਬਾਹਰੋਂ ਆਏ ਸੱਜਣਾਂ ਦਾ, ਜੋ ਸਾਡੇ ਵਿੱਚ ਜਿਨ੍ਹਾਂ ਨੇ ਸੰਗਤ ਰੂਪ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਭਾਈ ਸਾਹਿਬ ਭਾਈ ਅਜੇ ਪਾਲ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢ ਕੇ ਹਾਜ਼ਰੀਆਂ ਭਰ ਕੇ ਗੁਰ ਇਤਿਹਾਸ ਤੋਂ ਜਾਣੂ ਕਰਾਇਆ ਹੈ। ਅਤੇ ਨਾਲ ਹੀ ਬੇਨਤੀ ਹੈ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਕਿ ਪ੍ਰਸ਼ਾਦ ਵਰਤਣ ਤੋਂ ਬਾਅਦ ਵਿੱਚ ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛਕਣਾ ਹੈ ਅਤੇ ਫਿਰ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ